ਗੁਰੂ ਸਾਹਿਬ ਜੀ ਕਿਰਪਾ ਕਰਨ, ਸਿਰ 'ਤੇ ਮਿਹਰ ਭਰਿਆ ਹੱਥ ਰੱਖਣ, ਆਪਣੇ ਅੰਮ੍ਰਿਤ ਪਵਿੱਤਰ ਬਚਨਾਂ ਦੀ ਵਿਚਾਰ ਆਪ ਕਰਵਾਉਣ। ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦੇ ਅੰਮ੍ਰਿਤ ਬਚਨਾਂ ਦੀ ਵਿਚਾਰ ਚੱਲ ਰਹੀ ਹੈ। ਆਓ ਅੱਜ ਦਾ ਜੋ ਪਾਵਨ ਪਵਿੱਤਰ ਸ਼ਬਦ ਸ੍ਰੀ ਗੁਰੂ ਰਾਮਦਾਸ ਜੀ ਦਾ ਪਾਵਨ ਅੰਗ 732 'ਤੇ ਸਭਾਏਮਾਨ ਹੈ, ਰਹਾਉ ਵਾਲੀ ਪੰਕਤੀਆਂ ਤੋਂ ਵਿਚਾਰ ਆਰੰਭ ਹੋਵੇਗੀ। ਇੱਥੋਂ ਸ਼ੁਰੂ ਕਰ ਮੇਰਾ ਇਹਨਾਂ ਅੰਮ੍ਰਿਤ ਪਵਿੱਤਰ ਬਚਨਾਂ ਦੀ ਵਿਚਾਰ ਕਰਨ ਅਤੇ ਸੁਣਨ ਵਾਸਤੇ ਗੁਰੂ ਕੀ ਅਸੀਸ ਪ੍ਰਾਪਤ ਕਰੀਏ। ਸਭ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਫਿਰ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੂਹੀ ਮਹੱਲਾ ਚੌਥਾ, ਘਰ ਦੂਜਾ, ਇੱਕ ਓਅੰਕਾਰ ਸਤ ਗੁਰ ਪ੍ਰਸਾਦ, ਮੇਰਾ ਮਨ ਹਰ ਹਰ ਸ਼ਾਂਤ ਵਸਾਈ, ਤਿਸਨਾ ਯਗਨ ਬੁੱਝੀ ਖਿਨਿ ਅੰਤਰ, ਗੁਰ ਮਿਲਿਆ ਸਭ ਭੁੱਖ ਗਵਾਈ। ਧੰਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ। ਸਤਿਗੁਰਾਂ ਨੇ ਸਾਰੇ ਸੰਸਾਰ ਨੂੰ ਸੁੱਖ ਲੈਣ ਦਾ ਤਰੀਕਾ ਦੱਸਿਆ ਹੈ। ਸੁੱਖ ਕਿਵੇਂ ਲਿਆ ਜਾ ਸਕਦਾ? ਮਨੁੱਖ ਦੇ ਅੰਦਰ ਕੀਤੇ ਹੋਏ ਕਰਮਾਂ ਦੇ ਮੁਤਾਬਕ ਮਹਾਰਾਜ ਇਹਦਾ ਸੁਭਾਅ ਬਣਾਉਂਦੇ ਨੇ, ਉੱਦਾਂ ਦਾ ਇਹਦੇ ਅੰਦਰ ਗੁਣ ਪਾਉਂਦੇ ਨੇ। ਜੋ ਇਹ ਕਰਮ ਪਿਛਲੇ ਜਨਮ ਵਿੱਚ ਕਰਕੇ ਆਇਆ, ਉੱਦਾਂ ਦੇ ਗੁਣ ਇਹਦੇ ਵਿੱਚ ਗੁਣ ਜਾਂ ਔਗਣ ਉਹ ਚੀਜ਼ਾਂ ਪਾਉਂਦੇ ਨੇ। ਜਿਵੇਂ ਕਾਰੀਗਰ ਕੋਈ ਗੱਡੀ ਤਿਆਰ ਕਰਦਾ, ਜਿੱਦਾਂ ਦਾ ਉਹਦੇ ਵਿੱਚ ਇੰਜਣ ਪਾਏਗਾ ਉਸ ਗੱਡੀ ਦੀ ਉੱਦਾਂ ਦੀ ਆਵਾਜ਼ ਹੋ ਜਾਂਦੀ ਹੈ। ਉਹ ਸਾਰੀ ਜ਼ਿੰਦਗੀ ਆਵਾਜ਼ ਉਹ ਹੀ ਰਹਿੰਦੀ ਹੈ। ਫਿਰ ਇਸੇ ਤਰ੍ਹਾਂ ਜਿੱਦਾਂ ਜਿੱਦਾਂ ਦਾ ਕਿਸੇ ਨੇ ਕਰਮ ਕੀਤਾ, ਉੱਦਾਂ ਉੱਦਾਂ ਦੇ ਰੱਬ ਨੇ ਉਹਦੇ ਅੰਦਰ ਗੁਣ ਜਾਂ ਔਗਣ ਪਾ ਦਿੱਤੇ ਨੇ। ਔਰ ਇਹਨਾਂ ਵੱਡੇ ਔਗਣਾਂ ਦੇ ਵਿੱਚੋਂ ਇੱਕ ਔਗਣ ਹੈ, ਮਹਾਰਾਜ ਨੇ ਦੱਸਿਆ ਤ੍ਰਿਸ਼ਨਾ, ਜਿਹੜਾ ਅੱਜ ਬਾਣੀ ਦੇ ਵਿੱਚ ਬੋਲਿਆ। ਰੋਜ਼ ਨਿਤਨੇਮ ਕਰਨ ਵਾਲੇ, ਸੁਣਨ ਵਾਲੇ ਗੁਰੂ ਕੇ ਸਿੱਖ ਬੈਠੇ ਹੋ, ਮਹਾਰਾਜ ਨੇ ਤ੍ਰਿਸ਼ਨਾ ਨੂੰ ਬੜਾ ਵੱਡਾ ਰੋਗ ਆਖਿਆ ਹੈ। ਤੀਸਰੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਆਨੰਦ ਸਾਹਿਬ ਦੇ ਵਿੱਚ ਇੰਝ ਲਿਖਦੇ ਆ, ਇਹ ਤ੍ਰਿਸ਼ਨਾ ਵੱਡਾ ਰੋਗ ਲੱਗਾ। ਇਹ ਜਿਹਨੂੰ ਰੋਗ ਲੱਗ ਜਾਵੇ ਤੇ ਉਹ ਬੰਦਾ ਆਕੜ ਜਾਂਦਾ, ਉਹ ਫਿਰ ਕਿਸੇ ਦੀ ਪਰਵਾਹ ਨਹੀਂ ਕਰਦਾ। ਕੀ ਹੁੰਦਾ? ਮਰਨ ਮਨੋ ਵਿਸਾਰਿਆ। ਜਿਸ ਬੰਦੇ ਨੂੰ ਤ੍ਰਿਸ਼ਨਾ ਦਾ ਰੋਗ ਲੱਗ ਜਾਏ, ਉਹਨੂੰ ਇਹ ਚੇਤਾ ਹੀ ਭੁੱਲ ਜਾਂਦਾ ਵੀ ਇੱਕ ਦਿਨ ਮਰ ਕੇ ਵਾਪਸ ਵੀ ਜਾਣਾ ਜਿੱਥੋਂ ਆਏ ਹਾਂ, ਕੀਤੇ ਕਰਮਾਂ ਦਾ ਉੱਥੇ ਲੇਖਾ ਵੀ ਹੋਣਾ, ਅਸੀਂ ਇੱਥੇ ਸਦਾ ਨਹੀਂ ਬੈਠੇ ਰਹਿਣਾ। ਪਰ ਉਹ ਬੰਦਾ ਆਪਣੀ ਮੌਤ ਨੂੰ ਭੁਲਾ ਕੇ ਅਤੇ ਇੱਥੇ ਹੀ ਰਹਿਣ ਦਾ ਯਤਨ ਕਰਦਾ ਵੀ ਉਹ ਵੀ ਵਲਦਲ ਕੇ ਮੈਂ ਆਪਣੇ ਘਰ ਪਾ ਲਾਂ, ਉਹ ਵੀ ਮੇਰੇ ਘਰ ਆ ਜਾਏ, ਆਹ ਵੀ ਸੁੱਖ ਮੇਰੇ ਅੰਦਰ ਹੀ ਆਵੇ। ਜੇ ਤ੍ਰਿਸ਼ਨਾ ਨੂੰ ਬਹੁਤ ਸੰਖੇਪ ਕਰਕੇ ਸਮਝਣਾ ਤਾਂ ਉਹ ਆ ਮਨ ਦੀ ਭੁੱਖ। ਵੀ ਬੰਦਾ ਢਿੱਡ ਦਾ ਭੁੱਖਾ ਹੋਵੇ ਤਾਂ ਉਹਨੂੰ ਰਜਾ ਲਏ ਕੋਈ ਜੋ ਕੋਈ ਚਾਹੀਦਾ। ਜਿਹੜਾ ਮਨ ਦਾ ਭੁੱਖਾ ਹੈ ਉਸ ਬੰਦੇ ਨੂੰ ਕਦੀ ਕੋਈ ਰਜਾ ਨਹੀਂ ਸਕਦਾ। ਅਤੇ ਮਨ ਦੀ ਭੁੱਖ ਪੂਰੀ ਕਰਨ ਵਾਸਤੇ ਮਹਾਰਾਜ ਕਹਿੰਦੇ ਨੇ ਦੁਨੀਆਦਾਰ ਜਿਹੜੇ ਲੋਕ ਨੇ ਰਾਤ ਦਿਨ ਖੱਪ ਖੱਪ ਕੇ ਮਰ ਚੱਲੇ ਨੇ। ਜੇ ਇਕੱਲੀ ਮਿਹਨਤ ਹੀ ਕਰਦੇ ਤਾਂ ਤਾਂ ਕੋਈ ਲਾਮਾ ਨਹੀਂ ਸੀ ਵੀ ਕੋਈ ਗੱਲ ਨਹੀਂ ਮਿਹਨਤ ਕਰੋ। ਪਰ ਜਿਨ੍ਹਾਂ ਦੀ ਭੁੱਖ ਆਪਣੀ ਮਿਹਨਤ ਨਾਲ ਨਹੀਂ ਮਿਟੀ,
ਉਹ ਫਿਰ ਦੂਜੇ ਪਾਸੇ ਠੱਗੀ ਠੋਰੀ ਵਾਲੇ ਪਾਸੇ ਤੁਰਦੇ ਆ ਔਰ ਫਿਰ ਇਹਨੂੰ ਵੀ ਲੁੱਟ ਲਓ, ਉਹਨੂੰ ਵੀ ਲੁੱਟ ਲਓ, ਇਹਨੂੰ ਵੀ ਲੁੱਟ ਲਓ ਅਤੇ ਫਿਰ ਲੁੱਟ ਲੁੱਟ ਕੇ ਗਰੀਬ ਨਵਾਜ ਜੀ ਕਹਿੰਦੇ ਨੇ ਇੰਨਾ ਕੁਝ ਇਕੱਠਾ ਕਰ ਲਿਆ, ਕਮੀ ਕੋਈ ਨਹੀਂ ਪਰ ਭੁੱਖਾ ਬੰਦਾ ਫਿਰ ਭੁੱਖਾ ਹੀ ਰਹਿੰਦਾ। ਸਭ ਕੁਝ ਹੋ ਕੇ ਵੀ ਕਿੱਡਾ ਵਧੀਆ ਇੱਕ ਵਿਦਵਾਨ ਨੇ ਲਿਖਿਆ ਕਿ 84 ਲੱਖ ਜੂਨ ਵਿੱਚੋਂ ਪੈਸੇ ਇਕੱਲਾ ਮਨੁੱਖ ਕਮਾਉਂਦਾ ਅਤੇ ਢੇਡੇ ਦਾ ਫਿਰ ਨਹੀਂ ਭਰਦਾ। ਸਾਰੀ 84 ਲੱਖ ਜੂਨ ਦੇ ਵਿੱਚ ਇਹ ਵੀ ਇੱਕ ਜੂਨ ਹੀ ਆ ਅਤੇ ਕਿਸੇ ਦੇ ਆਲਣੇ ਵਿੱਚ, ਕਿਸੇ ਦੇ ਘੋਰਨੇ ਦੇ ਵਿੱਚ ਇੰਨੇ ਇੰਨੇ ਚਿਰ ਦਾ ਰਾਸ਼ਨ ਨਹੀਂ ਪਿਆ ਹੋਇਆ। ਇਹਨਾਂ ਦੇ ਘਰਾਂ ਵਿੱਚ ਦਾਣੇ ਨੇ, ਕੱਪੜੇ ਨੇ, ਰਸੋਈ ਭਰੀ ਪਈ ਆ, ਪੈਸੇ ਬਤੂਆਂ 'ਚ ਹੈਗੇ ਆ, ਫਿਰ ਵੀ ਬੰਦਾ ਭੁੱਖੇ ਦਾ ਭੁੱਖਾ ਹੀ ਆ। ਅਤੇ ਜਾਨਵਰ ਕੋਈ ਇਕੱਠਾ ਨਹੀਂ ਕਰਦੇ ਅਤੇ ਉਹ ਅੱਜ ਤੱਕ ਕੋਈ ਭੁੱਖਾ ਮਰਦਾ ਨਹੀਂ ਵੇਖਿਆ। ਕਾਰਨ ਕੀ ਆ? ਇਹ ਕਾਰਨ ਹੈ ਤ੍ਰਿਸ਼ਨਾ। ਅਤੇ ਤ੍ਰਿਸ਼ਨਾ ਕਈ ਤਰ੍ਹਾਂ ਦੀ ਆ। ਜਿਹੜੀ ਮਾਇਆ, ਜਿਵੇਂ ਅਸੀਂ ਵਿਚਾਰ ਕਰਦੇ ਰਹਿੰਦੇ ਹਾਂ ਵੀ ਬਟੂਏ ਵਿੱਚ ਪਾਉਣ ਵਾਲੇ ਪੈਸਿਆਂ ਨੂੰ ਇਕੱਲੀ ਮਾਇਆ ਨਹੀਂ ਗੀ, ਮਾਇਆ ਦੀ ਇਹ ਬਹੁਤ ਪ੍ਰਕਾਰ ਨੇ, ਬੜੀਆਂ ਕਿਸਮਾਂ ਨੇ ਮਾਇਆ ਦੀਆਂ। ਇਹ ਤ੍ਰਿਸ਼ਨਾ ਦੀਆਂ ਵੀ ਕਈ ਕਿਸਮਾਂ ਨੇ। ਚੰਗਾ ਖਾਣ ਦਾ ਚਸਕਾ, ਚੰਗੇ ਕਈਆਂ ਨੂੰ ਇੱਕ ਸ਼ੌਂਕ ਚੜਿਆ ਰਹਿੰਦਾ ਸਾਰੀ ਜ਼ਿੰਦਗੀ ਕਿ ਉਹ ਵਧੀਆ ਵਧੀਆ ਕੱਪੜੇ ਪਾ ਕੇ ਲੋਕਾਂ ਨੂੰ ਵਿਖਾਉਣੇ ਆ, ਸਾਰੀ ਜ਼ਿੰਦਗੀ ਉਹੋ ਕੁਝ ਹੀ ਕੋਸ਼ਿਸ਼ ਕਰਦੇ ਰਹਿੰਦੇ। ਮੈਂ ਇੱਕ ਕਿਸੇ ਅੰਗਰੇਜ਼ ਦੀ ਕਿਤਾਬ ਪੜ੍ਹ ਰਿਹਾ ਸਾਂ, ਉਹਦੇ ਵਿੱਚ ਲਿਖਿਆ ਕਿ ਉਸ ਬੰਦੇ ਨੂੰ ਜਦੋਂ ਬਹੁਤ ਅਮੀਰ ਸੀ, ਬੜਾ ਸ਼ਕੀਨੀ ਵਾਲਾ ਸੀ, ਉਹਦੇ ਕੋਲੋਂ ਕੋਈ ਗਲਤੀ ਹੋ ਗਈ, ਉਹਨੂੰ ਫਾਂਸੀ ਦੇਣੀ ਸੀ ਅਤੇ ਅਖੀਰ ਫਾਂਸੀ 'ਤੇ ਲਟਕੇ, ਤਖ਼ਤੇ 'ਤੇ ਲਟਕਾਉਣ ਲੱਗੇ ਆ, ਤਾਂ ਉਹਨੂੰ ਕਹਿੰਦੇ ਤੇਰੀ ਕੋਈ ਇੱਛਾ ਆਖਰੀ? ਤਾਂ ਉਹ ਕਹਿੰਦਾ ਮੇਰੀ ਟਾਈ ਵੇਖ ਲਓ ਵੀ ਇਹ ਕਿਤੇ ਟੇਢੀ ਤਾਂ ਨਹੀਂ, ਮੇਰੀ ਟਾਈ ਸਿੱਧੀ ਹੋਣੀ ਚਾਹੀਦੀ। ਇਹ ਕਈਆਂ ਨੂੰ ਸ਼ੌਂਕ ਚੜਿਆ ਰਹਿੰਦਾ ਵੀ ਹਰ ਵੇਲੇ ਮੈਂ ਟਿਪ ਟੋਪ ਰਹਿਣਾ ਵਾ, ਇਹ ਵੀ ਇੱਕ ਤ੍ਰਿਸ਼ਨਾ ਵਾ। ਨਵੀਆਂ ਨਵੀਆਂ ਚੀਜ਼ਾਂ ਖਾਣ ਦੀ ਇੱਕ ਤ੍ਰਿਸ਼ਨਾ ਆ, ਕਈ ਤਰ੍ਹਾਂ ਦੀਆਂ ਨੇ। ਪਰ ਇੱਕ ਵੱਡੀ ਗੱਲ ਇਹ ਆ, ਕਈ ਵਾਰੀ ਇਹ ਤ੍ਰਿਸ਼ਨਾ ਉਹਨਾਂ ਦੇ ਅੰਦਰ ਵੜ ਜਾਂਦੀ ਆ ਜਿਹੜੇ ਪੋਥੀਆਂ ਪੜ੍ਹ ਕੇ ਆਪਣਾ ਆਪ ਸਵਾਰਨਾ ਸੀ, ਉਹਨਾਂ ਨੂੰ ਪੋਥੀਆਂ ਪੜ੍ਹਨ ਦਾ ਹੀ ਹੰਕਾਰ ਹੋ ਜਾਂਦਾ ਅਤੇ ਉਹਨਾਂ ਨੂੰ ਵੀ ਤ੍ਰਿਸ਼ਨਾ ਚਿੰਬੜ ਜਾਂਦੀ ਆ। ਉਹ ਉਹਨਾਂ ਦੇ ਅੰਦਰ ਵੀ ਇੱਕ ਭੁੱਖ ਪਈ ਰਹਿੰਦੀ ਆ। ਵਿਦਵਾਨਾਂ ਨੂੰ ਤ੍ਰਿਸ਼ਨਾ ਲੱਗੀ ਹੋਈ ਆ ਅਤੇ ਉਹਨਾਂ ਦੇ ਅੰਦਰ ਭੁੱਖ ਪਤਾ ਕਾਹਦੀ ਆ? ਜਿੱਦਾਂ ਚਲੋ ਮੇਰੀ ਗੱਲ ਕਰ ਲਓ, ਮੇਰੇ ਲਾਗੇ ਕੋਈ ਮੇਰੇ ਤੋਂ ਚੰਗੀ ਕਥਾ ਕਰਨ ਵਾਲਾ ਨਹੀਂ ਹੋਣਾ ਚਾਹੀਦਾ। ਮੇਰੇ ਲਾਗੇ ਕੋਈ ਮੇਰੇ ਤੋਂ ਚੰਗਾ ਬਾਣੀ ਪੜ੍ਹਨ ਵਾਲਾ ਆ ਗਿਆ ਅਤੇ ਮੇਰੇ ਅੰਦਰ ਉਸੇ ਵੇਲੇ ਈਰਖਾ ਆ ਜਾਣੀ ਆ ਵੀ ਇਹ ਕਿੱਥੋਂ ਆ ਗਿਆ। ਅਤੇ ਪੁਰਾਣੇ ਸਮਿਆਂ ਦੇ ਵਿੱਚ ਤਾਂ ਜੰਗਾਂ ਜੁੱਦਾਂ ਚੜ੍ਹਦੀਆਂ ਰਹੀਆਂ ਨੇ ਵੀ ਕਿਹੜਾ ਬੰਦਾ ਜ਼ਿਆਦਾ ਵਿਦਵਾਨ ਵਾ। ਵਿਦਵਾਨਾਂ ਨੂੰ ਹਰਾਉਣ ਵਾਸਤੇ ਵਿਦਵਾਨ ਤੁਰਦੇ ਸੀ ਅਤੇ ਅਖਾੜੇ ਲੱਗਦੇ ਸੀ। ਗੁਰੂ ਨਾਨਕ ਸਾਹਿਬ ਜੀ ਨੇ ਬੰਦ ਕਰਾਏ ਆਣ ਕੇ ਵੀ ਜੰਗਾਂ ਜੁੱਦਾਂ ਦੇ ਤਾਂ ਅਖਾੜੇ ਲੱਗਦੇ ਸੀ ਅਤੇ ਕਦੀ ਕਥਾ ਕਰਨ ਵਾਲੇ ਵਿਦਵਾਨਾਂ ਦੇ ਵੀ ਅਖਾੜੇ ਲੱਗੇ ਵੇਖੇ। ਇਹ ਤਾਂ ਇਹਨਾਂ ਦੇ ਅੰਦਰ ਤ੍ਰਿਸ਼ਨਾ ਵਾ ਅਤੇ ਮਰ ਚੱਲੇ ਆ ਸੜ ਸੜ ਕੇ। ਬਾਣੀ ਪੜ੍ਹਨੀ ਸੀ, ਬਾਣੀ ਵਿਚਾਰਨੀ ਸੀ, ਧਰਮ ਦੀ ਪੋਥੀ ਨੂੰ ਪੜ੍ਹਨਾ ਸੀ ਸੁੱਖ ਲੈਣ ਵਾਸਤੇ, ਅਤੇ ਕਈਆਂ ਨੂੰ ਪੋਥੀਆਂ ਪੜ੍ਹ ਕੇ ਹੀ ਅੱਗ ਲੱਗ ਜਾਂਦੀ ਹੈ। ਉੱਥੇ ਬੰਦਾ ਕੀ ਬਚਾ ਕਰੂਗਾ? ਆ ਸ੍ਰੀ ਅਨੰਦਪੁਰ ਸਾਹਿਬ ਇੱਦਾਂ ਹੋਇਆ ਹੀ ਸੀ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪਣੀ ਸਭਾ 'ਚ ਬੈਠੇ ਹੋਏ, ਇੱਕ ਬੜਾ ਵਿਦਵਾਨ ਪੰਡਿਤ ਆਇਆ ਅਤੇ ਉਹ ਪੰਡਿਤ ਹੀ ਕਰਦੇ ਹੁੰਦੇ ਸੀ ਇਹ ਲੋਕ ਵੀ ਇੱਕ ਦੂਜੇ ਨਾਲ ਜਿੱਦਣਾ, ਉਹਨੂੰ ਹਰਾ ਦੇਣਾ, ਉਹਨੂੰ ਹਰਾ ਦੇਣਾ ਅਤੇ ਬੜੇ ਖੁਸ਼ ਹੋਣਾ। ਅਤੇ ਇੱਕ ਪੰਡਿਤ ਆਇਆ, ਉਹਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਮੱਥਾ ਟੇਕਿਆ, ਕਿਉਂਕਿ ਉਹਨੂੰ ਪਤਾ ਲੱਗਾ ਵੀ ਗੁਰੂ ਸਾਹਿਬ ਜੀ ਦੀ ਹਜ਼ੂਰੀ ਵਿੱਚ ਬੜੇ ਵਿਦਵਾਨ ਲੋਕ ਰਹਿੰਦੇ ਆ। ਅਤੇ ਉਹ ਕਹਿੰਦਾ ਸੀ ਜਿੱਦਾਂ ਦਾ ਮੈਂ ਰਾਈਟਰ ਹਾਂ, ਇੱਦਾਂ ਦਾ ਲਿਖਾਰੀ ਤਾਂ ਦੁਨੀਆ 'ਤੇ ਕੋਈ ਹੋਣਾ ਹੀ ਨਹੀਂ, ਮੇਰੀ ਲਿਖੀ ਚੀਜ਼ ਦਾ ਤਾਂ ਕੋਈ ਅਰਥ ਹੀ ਨਹੀਂ ਕਰ ਸਕਦਾ, ਅਤੇ ਚਲੋ ਬਾਕੀ ਹਰਾ ਦਿੱਤੇ ਨੇ ਸਾਰੇ, ਅੱਜ ਗੁਰੂ ਗੋਬਿੰਦ ਸਿੰਘ ਨੂੰ ਹਰਾਉਂਦੇ ਆ ਜਾ ਕੇ। ਉਹ ਇਹ ਜਿਹੜੀ ਤ੍ਰਿਸ਼ਨਾ ਆ ਬੰਦੇ ਨੂੰ, ਜਦੋਂ ਮਹਾਰਾਜ ਕਹਿੰਦੇ ਨੇ ਵੀ ਇਹ ਤ੍ਰਿਸ਼ਨਾ ਵੱਡਾ ਰੋਗ ਲੱਗਾ, ਮਰਨ ਮਨੋਂ ਵਿਸਾਰਿਆ,
ਤੇ ਗੁਰੂ ਨਾਨਕ ਸਾਹਿਬ ਜੀ ਨੇ ਸਾਰੇ ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਫਾਰਮੂਲਾ ਦਿੱਤਾ। ਮਹਾਰਾਜ ਕਹਿੰਦੇ ਨੇ ਜਿਸ ਬੰਦੇ ਨੂੰ ਮੌਤ ਚੇਤੇ ਆ ਉਹਨੂੰ ਰੱਬ ਵੀ ਚੇਤੇ ਆ, ਜਿਹਨੂੰ ਮੌਤ ਨਹੀਂ ਚੇਤੇ ਉਹਨੂੰ ਰੱਬ ਵੀ ਨਹੀਂ ਚੇਤੇ। ਤੇ ਜਿਹਨੂੰ ਆਪਣੀ ਮੌਤ ਭੁੱਲ ਗਈ ਉਹ ਕੀ ਜਾਣੇ ਵੀ ਅੱਗੇ ਕੌਣ ਬੈਠਾ ਹੋਇਆ। ਏਡਾ ਹੰਕਾਰ ਇਹ ਤ੍ਰਿਸ਼ਨਾ ਜਿਹੜੀ ਹੈ ਬੰਦੇ ਨੂੰ ਬਹੁਤ ਵਿਗਾੜ ਦਿੰਦੀ ਹੈ। ਉਹ ਗੁਰੂ ਗੋਬਿੰਦ ਸਿੰਘ ਜੀ ਨੂੰ ਕਹਿੰਦਾ ਮੈਂ ਸੁਣਿਆ ਤੁਸੀਂ ਬਾਣੀ ਲਿਖਦੇ ਹੋ। ਤੇ ਮਹਾਰਾਜ ਉਹਦੇ ਅੰਦਰ ਦੀ ਗੱਲ ਸਮਝ ਕੇ ਕਹਿੰਦੇ ਆ ਹਾਂਜੀ ਅਕਾਲ ਪੁਰਖ ਜੀ ਸੇਵਾ ਲੈ ਲੈਂਦੇ ਆ, ਆਓ ਤੁਸੀਂ ਬੈਠੋ। ਤੇ ਉਹ ਬਹਿ ਕੇ ਕਹਿੰਦਾ ਮੈਂ ਵੀ ਕੁਝ ਲਿਖਦਾ ਵਾਂ ਤੇ ਪਰ ਮੈਂ ਮਾੜੇ ਮੋਟੇ ਵਿਦਵਾਨ ਬੰਦੇ ਦੇ ਅੱਗੇ ਆਪਣੀ ਕਵਿਤਾ ਨਹੀਂ ਬੋਲਦਾ। ਜਿਹੜਾ ਕੋਈ ਸ਼੍ਰੋਮਣੀ ਵਿਦਵਾਨ ਹੋਵੇ ਮੈਂ ਉਹਦੇ ਅੱਗੇ ਬੋਲਦਾ ਵਾਂ ਵੀ ਕੋਈ ਕਦਰ ਤੇ ਪਾਵੇ ਵੀ ਮੈਂ ਕੀ ਲਿਖ ਕੇ ਲੈ ਕੇ ਆਇਆ। ਤੇ ਇਸ ਕਰਕੇ ਮੈਨੂੰ ਪਤਾ ਲੱਗਾ ਵੀ ਤੁਸੀਂ ਵਿਦਵਾਨ ਬੜੇ ਰੱਖੇ ਹੋਏ ਆ ਤੇ ਹੋ ਸਕਦਾ ਤੁਸੀਂ ਮੇਰੀ ਕਵਿਤਾ ਦੇ ਅਰਥ ਸਮਝ ਲਓ, ਹੋ ਸਕਦਾ। ਉਹਨੇ ਜਦੋਂ ਇੱਦਾਂ ਆਖਿਆ ਸਿੱਖਾਂ ਨੇ ਗੁੱਸਾ ਕੀਤਾ, ਮਹਾਰਾਜ ਕਿਹਾ ਤੁਸੀਂ ਨਹੀਂ ਬੋਲਣਾ, ਚੁੱਪ ਕਰੋ। ਤੋ ਮਹਾਰਾਜ ਕਹਿੰਦੇ ਨੇ ਹਾਂਜੀ ਤੁਸੀਂ ਕੀ ਲਿਖ ਕੇ ਲਿਆਏ ਹੋ, ਲਿਆਓ ਹਾਂ ਜੇ ਅਸੀਂ ਅਰਥ ਕਰ ਸਕਦੇ ਹੋਏ ਤਾਂ ਕਰ ਦਾਂਗੇ, ਨਾ ਹੀ ਕਰ ਸਕਦੇ ਹੋਵਾਂਗੇ ਤਾਂ ਤੁਹਾਨੂੰ ਪੁੱਛ ਲਾਂਗੇ। ਉਹ ਕਹਿੰਦਾ ਇਹ ਗੱਲ ਬਿਲਕੁਲ ਠੀਕ ਆ, ਅਰਥ ਤੁਹਾਨੂੰ ਆਉਣੇ ਨਹੀਂ ਗੇ ਤੇ ਤੁਸੀਂ ਫਿਰ ਮੈਨੂੰ ਪੁੱਛ ਲਿਓ ਤਾਂ ਮੈਂ ਦੱਸ ਦੂੰਗਾ। ਮਹਾਰਾਜ ਕਹਿੰਦੇ ਬੋਲੋ। ਉਹ ਇਹ ਗੱਲ ਬਿਲਕੁਲ ਠੀਕ ਆ ਵੀ ਉਹਨੇ ਜਿਹੜੀ ਕਵਿਤਾ ਲਿਖੀ ਉਹਨੇ ਰਿਆਸਤਾਂ ਦੇ ਜਿਹੜੇ ਰਾਜੇ ਸੀ ਨਾ ਹਿੰਦੂ ਰਾਜੇ, ਉਹਨਾਂ ਰਾਜਿਆਂ ਦੇ ਦਰਬਾਰ 'ਚ ਜਾ ਜਾ ਕੇ ਉਹ ਕਵਿਤਾ ਬੋਲੀ ਸੀ ਅਤੇ ਉਹਦੇ ਕਿਸੇ ਨੂੰ ਅਰਥ ਹੀ ਨਹੀਂ ਸੀ ਆਏ ਕਿਉਂਕਿ ਉਹਨੇ ਬੜੀ ਅਟਪਟੀ ਗੱਲ ਲਿਖੀ ਸੀ ਜਿਹੜੀ ਵੀ ਕਵਿਤਾ ਦੇ ਵਿੱਚ। ਪਰ ਇਹ ਕਹਿੰਦੇ ਬੋਲੋ, ਸਿੱਖ ਵੀ ਸੁਣਦੇ। ਉਹ ਕਹਿੰਦਾ ਜੀ ਨਵਸਾਤ ਤੀਏ ਨਵਸਾਤ ਕੀਏ ਨਵਸਾਤ ਪੀਏ ਨਵਸਾਤ ਪੀ ਆਏ। ਹੁਣ ਇਹਦਾ ਕੀ ਕੋਈ ਅਰਥ ਕਰੂਗਾ, ਕਿਉਂਕਿ ਸਿੱਧੇ ਸਿੱਧੇ ਅੱਖਰ ਹੋਵੇ ਤਾਂ ਕੋਈ ਅਰਥ ਕਰੇ। ਨਵਸਾਤ ਰਚੇ ਨਵਸਾਤ ਬਦੇ ਨਵਸਾਤ ਪੀਆ ਪੈਦਾਇਕ ਪਾਏ। ਜੀਤ ਕਲਾ ਨਵਸਾਤਨ ਕੀ ਨਵਸਾਤਨ ਕੇ ਮੁੱਖ ਅੰਚਲ ਸਾਏ। ਮਾਨੋ ਮੇਘ ਕੇ ਮੰਡਲ ਮੇ ਕਵਿ ਚੰਦਨ ਕਵ ਕਲੇਵਰ ਛਾਏ। ਜਦੋਂ ਉਹਨੇ ਇਹ ਬੋਲੀ ਤੇ ਬੋਲੀ ਉਹਨੇ ਬੜੀ ਲੈ ਦੇ ਨਾਲ ਉਂਝ, ਚਲੋ ਸਾਨੂੰ ਵੀ ਕਿਹੜੇ ਇਹਦੇ ਅਰਥ ਆਉਂਦੇ, ਅਰਥ ਪੜ੍ਹੇ ਤੇ ਫਿਰ ਪਤਾ ਲੱਗਾ ਵੀ ਇਹ ਕੀ ਕਹਿ ਕੀ ਰਹੇ ਆ। ਕੋਈ ਨਾ ਇਹਦੀ ਸ਼ੁਰੂਆਤ ਦਾ ਪਤਾ ਲੱਗਦਾ ਤੇ ਨਾ ਇਹਦੇ ਕੋਲ ਅਖੀਰ ਦਾ ਪਤਾ ਲੱਗਦਾ ਵੀ ਇਹ ਕੀ ਹੈ। ਉਹਨੇ ਬੜੀ ਵਿੱਦਿਆ ਵਾਲੀ ਲਿਖ ਕੇ ਲਿਆਉਂਦੀ ਸੀ ਤੇ ਫਿਰ, ਪਰ ਜਦੋਂ ਉਹਨੇ ਇਹ ਕਵਿਤਾ ਸੁਣਾਤੀ ਬੜੇ ਹੰਕਾਰ ਵਿੱਚ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਭਾਈ ਸੰਤੋਖ ਸਿੰਘ ਜੀ ਕਹਿੰਦੇ ਨੇ ਸੁਣ ਕਲਗੀ ਤਰ ਬੋਲੇ ਮੁਸਕਾਏ ਕਵੀ ਚੰਦਨ ਕੋ ਗਰਭ ਗਵਾਏ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਹੱਸੇ ਤੇ ਹੱਸ ਕੇ ਉਹਦਾ ਹੰਕਾਰ ਤੋੜਨ ਵਾਸਤੇ ਮਹਾਰਾਜ ਜੀ ਇੰਜ ਬੋਲੇ। ਮਹਾਰਾਜ ਕਹਿੰਦੇ ਨੇ ਇਨ ਜੈਸੋ ਕੇ ਅਰਥ ਵਿਚਾਰਨ ਹਮਰੇ ਘਾਹੀ ਕਰੇ ਉਚਾਰਨ। ਮਹਾਰਾਜ ਕਹਿੰਦੇ ਆਹ ਕੀ ਲਿਖ ਕੇ ਲਿਆ ਤੂੰ, ਇਹ ਕੋਈ ਕਵਿਤਾ ਵਾ? ਮਹਾਰਾਜ ਉਹਦਾ ਹੰਕਾਰ ਤੋੜਿਆ। ਮਹਾਰਾਜ ਕਹਿੰਦੇ ਕੋਈ ਕਵਿਤਾ ਵਾ? ਇਹ ਮੇਰੇ ਅਰਥ ਕਰਨ ਵਾਲੀ ਨਹੀਂ ਗੀ, ਕਿ ਇਹੋ ਜਿਹੀਆਂ ਕਵਿਤਾ ਦੇ ਅਰਥ ਸਾਡੇ ਘੋੜਿਆਂ ਨੂੰ ਜਿਹੜੇ ਪੱਠੇ ਪਾਉਂਦੇ ਨੇ ਉਹ ਪੱਠੇ ਪਾਉਣ ਵਾਲੇ ਲੋਕ ਕਰਦੇ ਆ, ਆਹ ਕੋਈ ਸਾਡੇ ਲਾਇਕ ਥੋੜ੍ਹੀ ਆ, ਹੋਰ ਕੋਈ ਹੈਗੀ ਉਹ ਤੇ ਲਿਆ। ਤੇ ਉਹ ਕਹਿੰਦਾ ਜੀ ਇਹ ਤੇ ਸਰਾਸਰ ਬੇਇੱਜ਼ਤੀ ਆ, ਅਰਥ ਤੁਹਾਨੂੰ ਆਏ ਨਹੀਂ ਤੇ ਜੇ ਸਿੱਖਾਂ ਦਾ ਗੁਰੂ ਇਹਦੇ ਅਰਥ ਨਹੀਂ ਕਰ ਸਕਦਾ ਤੇ ਜਿਹੜੇ ਤੁਹਾਡੇ ਡੰਗਰਾਂ ਨੂੰ ਪੱਠੇ ਪਾਉਂਦੇ ਨੇ ਉਹ ਤੇ ਹੁੰਦੇ ਹੀ ਮੂਰਖ ਨੇ, ਕਿਉਂਕਿ ਉਹ ਜਿਹੜੇ ਪੰਡਿਤ ਲੋਕ ਸੀ ਉਹ ਸਾਰਿਆਂ ਨੂੰ ਮੂਰਖ ਹੀ ਮੰਨਦੇ ਸੀ, ਉਹ ਤੇ ਹੁੰਦੇ ਹੀ ਅਨਪੜ੍ਹ ਨੇ ਤੇ ਅਨਪੜ੍ਹ ਨੂੰ ਅਸੀਂ ਮੂਰਖ ਕਹਿੰਦੇ ਹਾਂ ਤੇ ਮੂਰਖ ਸਾਡੀ ਕਵਿਤਾ ਦੇ ਅਰਥ ਨਹੀਂ ਕਰ ਸਕਦੇ। ਇਹ ਤੁਸਾਂ ਕਰਕੇ ਮੇਰੀ ਬੇਇੱਜ਼ਤੀ ਕੀਤੀ ਆ, ਜੇ ਕੋਈ ਹੈਗਾ ਤੁਹਾਡੇ ਪੂਰੇ ਵਿਦਵਾਨਾਂ ਦੇ ਵਿੱਚੋਂ ਤੇ ਕੱਢੋ ਬਾਹਰ। ਮਹਾਰਾਜ ਕਹਿੰਦੇ ਆ ਇਹ ਵਿਦਵਾਨਾਂ ਦੇ ਅਰਥ ਕਰਨ ਵਾਲੇ ਨਹੀਂ ਗੇ, ਇਹੋ ਜਿਹੇ ਕੰਮ ਸਾਡੇ ਘੋੜਿਆਂ ਨੂੰ ਪੱਠੇ ਪਾਉਣ ਵਾਲੇ ਕਰਦੇ ਆ। ਉਹ ਕਹਿੰਦੇ ਕੱਢੋ ਫਿਰ ਬੰਦਾ ਆਨੰਦਪੁਰ ਵਿੱਚ ਹੈਗਾ ਕੋਈ ਜਿਹੜਾ ਤੁਹਾਡੇ ਇਹਦੇ ਅਰਥ ਕਰ ਸਕੇ। ਤੇ ਗੁਰੂ ਕਾ ਇੱਕ ਲਾਡਲਾ ਪਿਆਰਾ ਸਿੱਖ
ਜਿਹੜਾ ਨੀਲੇ ਘੋੜੇ ਦੀ ਸੇਵਾ ਕਰਦਾ ਸੀ। ਮਹਾਰਾਜ ਦੇ ਜਿਹੜੇ ਤਿੰਨ ਘੋੜੇ ਸੀ, ਇੱਕ ਨੀਲਾ, ਇੱਕ ਸੁਹਾਵਾ, ਇੱਕ ਉਹਦਾ ਨਾਮ ਮੈਨੂੰ ਵਿਸਰ ਗਿਆ, ਅਤੇ ਉਹ ਤਿੰਨਾਂ ਘੋੜਿਆਂ ਦੀ ਸੇਵਾ ਕਰਦਾ ਸੀ। ਉਹਦਾ ਨਾਂ ਸੀ ਭਾਈ ਧੰਨਾ ਸਿੰਘ। ਅਤੇ ਉਹ ਰੱਬ ਸਵਾਬੀ ਭਾਈ ਧੰਨਾ ਸਿੰਘ ਨੇ ਤੱਪੜ ਅਤੇ ਰੰਬੀ ਫੜੀ ਅਤੇ ਲਾਗੋ ਦੀ ਲੰਘਣ ਲੱਗਾ ਅਤੇ ਮਹਾਰਾਜ ਕਹਿੰਦੇ ਉਹ ਧੰਨਾ ਸਿੰਘ ਆ ਗਿਆ ਜੀ, ਉਹਨੂੰ ਆਵਾਜ਼ ਮਾਰੋ। ਧੰਨਾ ਸਿੰਘ ਆ ਗਿਆ। ਮਹਾਰਾਜ ਕਹਿੰਦੇ ਧੰਨਾ ਸਿੰਘ ਕਿੱਥੇ ਚੱਲਿਆ? ਕਹਿੰਦਾ ਜੀ ਪੱਠੇ ਲੈਣ ਚੱਲਿਆ ਜੀ ਘਾਹ ਘੋੜਿਆਂ ਵਾਸਤੇ। ਮਹਾਰਾਜ ਕਹਿੰਦੇ ਥੋੜ੍ਹਾ ਜਿਹਾ ਕੰਮ ਕਰ ਜਾ ਸਾਡਾ। ਮਹਾਰਾਜ ਜੀ ਅਸੀਂ ਕੌਣ ਆ ਕੰਮ ਕਰਨ ਵਾਲੇ, ਦੱਸੋ। ਮਹਾਰਾਜ ਕਹਿੰਦੇ ਨੇ ਪੰਡਿਤ ਜੀ ਤੁਹਾਡੇ ਲੈਵਲ ਤੋਂ ਕਈ ਗੁਣਾ ਉੱਚਾ ਵਾ ਇਹ ਭਾਈ ਧੰਨਾ ਸਿੰਘ। ਤੁਸੀਂ ਆਪਣੇ ਆਪ 'ਚ ਸਾਰੀ ਜ਼ਿੰਦਗੀ ਲਾਤੀ ਹੈ ਨਾ ਪੜ੍ਹਨ ਵਾਸਤੇ, ਤੁਹਾਡੀ ਲੈਵਲ ਤੋਂ ਕਈ ਗੁਣਾ ਉੱਚਾ, ਇਹਨੂੰ ਆਪਣੀ ਕਵਿਤਾ ਸੁਣਾਓ, ਇਹ ਅਰਥ ਕਰੂਗਾ। ਉਹ ਫਿਰ ਕਹਿੰਦਾ ਜੀ ਸੁਣਾਓ ਪੰਡਿਤ ਜੀ ਸੁਣਾਓ। ਫਿਰ ਪੰਡਿਤ ਜੀ ਸੁਣਾਉਂਦੇ ਨੇ ਨਵਸਾਤ ਤੀਏ ਨਵਸਾਤ ਕੀਏ ਨਵਸਾਤ ਪੀਏ ਨਵਸਾਤਨ ਆਏ। ਉਹਨੇ ਜਦੋਂ ਸਾਰੀ ਸੁਣਾਤੀ, ਨਵਸਾਤ ਰਚੇ ਨਵਸਾਤ ਬਦੇ ਨਵਸਾਤ ਪੀਆ ਪੈ ਦਾਇਕ ਪਾਏ, ਜੀਵ ਕਲ ਜੀਤ ਕਲਾ ਨਵਸਾਤਨ ਕੀ ਨਵਸਾਤਨ ਕੇ ਮੁਖ ਅੰਚਲ ਸਾਏ, ਮਾਨੋ ਮੇਘ ਕੇ ਮੰਡਲ ਮੈਂ ਕਵਿ ਚੰਦਨ ਕਵ ਕਲੇ ਵਰਸ਼ਾਏ। ਅਤੇ ਭਾਈ ਧੰਨਾ ਸਿੰਘ ਜੀ ਹੱਸ ਕੇ ਕਹਿੰਦੇ ਨੇ ਪੰਡਿਤ ਜੀ ਕੱਖ ਵੀ ਨਹੀਂ ਹੈਗਾ ਤੁਹਾਡੀ ਕਵਿਤਾ ਦੇ ਵਿੱਚ, ਕੋਈ ਸਿਆਣਿਆਂ ਵਾਲੀ ਗੱਲ ਕਰੋ, ਇਹ ਕੋਈ ਕਵਿਤਾ? ਅਤੇ ਉਹ ਕਹਿੰਦਾ ਵੀ ਸਿੱਧਾ ਹੀ ਕਹੋ ਵੀ ਨਾ ਗੁਰੂ ਨੂੰ ਅਰਥ ਆਇਆ ਤਾਂ ਨਾ ਸਿੱਖ ਨੂੰ ਅਰਥ ਆਇਆ। ਉਹ ਕਹਿੰਦਾ ਵੀ ਆਉਂਦੇ ਕਿਉਂ ਨਹੀਂ, ਸੁਣ ਆਪਣੀ ਕਵਿਤਾ ਦੇ ਅਰਥ। ਤੂੰ ਸਿਰਫ ਉਹ ਜਿਹੜਾ ਨਾਵ ਸਾਤ ਲਿਖਿਆ ਨਾ, ਇਹਦੇ ਵਿੱਚ ਇੱਕ ਘੁੰਡੀ ਰੱਖੀ ਆ ਨੌਂ ਅਤੇ ਸੱਤ। ਨਵ ਸੱਤ ਦਾ ਮਤਲਬ ਨੌਂ ਅਤੇ ਸੱਤ, ਅਤੇ ਨੌਂ ਅਤੇ ਸੱਤ ਹੋ ਗਏ ਸੋਲ੍ਹਾਂ। ਸਾਰੀ ਕਵਿਤਾ ਦੇ ਵਿੱਚ ਤੂੰ ਸੋਲ੍ਹਾਂ ਸੋਲ੍ਹਾਂ ਅੱਖਰ ਨੂੰ ਘੁਮਾਇਆ ਵਾ, ਅਤੇ ਸੋਹਣੋ ਤੂੰ ਸੋਲ੍ਹਾਂ ਸੋਲ੍ਹਾਂ ਕਿੱਥੇ ਲਾਇਆ? ਨਵਸਾਤ ਤੀਏ, ਇੱਕ ਸੋਲ੍ਹਾਂ ਸਾਲ ਦੀ ਲੜਕੀ ਨਵਸਾਤ ਕੀਏ, ਉਹਨੇ ਸੋਲ੍ਹਾਂ ਸ਼ਿੰਗਾਰ ਕੀਤੇ, ਕਿਉਂਕਿ ਇਹ ਸ਼ਿੰਗਾਰ ਰਸ ਦੀ ਕਵਿਤਾ ਵਾ, ਨੌਂ ਰਸ ਨੇ ਨਾ ਕਵਿਤਾ ਦੇ, ਇਹ ਸ਼ਿੰਗਾਰ ਰਸ ਦੀ ਕਵਿਤਾ। ਸੋਲ੍ਹਾਂ ਸਾਲਾਂ ਦੀ ਲੜਕੀ ਨੇ ਸੋਲ੍ਹਾਂ ਸ਼ਿੰਗਾਰ ਕੀਤੇ, ਨਵਸਾਤ ਤੀਏ ਨਵਸਾਤ ਕੀਏ, ਨਵਸਾਤ ਪੀਏ ਨਵਸਾਤ ਪੀ ਆਏ। ਅਤੇ ਪੀਏ ਦਾ ਮਤਲਬ ਹੁੰਦਾ ਪਤੀ। ਸੋਲ੍ਹਾਂ ਸਾਲਾਂ ਦੀ ਲੜਕੀ ਦਾ ਸੋਲ੍ਹਾਂ ਸਾਲਾਂ ਦਾ ਪਤੀ ਸੀ, ਅਤੇ ਉਹ ਸੋਲ੍ਹਾਂ ਮਹੀਨਿਆਂ ਬਾਅਦ ਪ੍ਰਦੇਸ਼ ਤੋਂ ਆਇਆ, ਅਤੇ ਉਹਨੇ ਆਪਣੇ ਪਤੀ ਦੇ ਸਵਾਗਤ ਵਾਸਤੇ ਸੋਲ੍ਹਾਂ ਸ਼ਿੰਗਾਰ ਕੀਤੇ। ਨਵਸਾਤ ਰਚੇ ਨਵਸਾਤ ਬਦੇ ਨਵਸਾਤ ਪੀਆ ਪੈਦਾਇਕ ਪਾਏ। ਉਹਨੇ ਆਪਣੇ ਪਤੀ ਦੀ ਜਲ ਪਾਣੀ ਨਾਲ ਸੇਵਾ ਕਰਕੇ ਅਤੇ ਮੁੜ ਕੇ ਸੋਲ੍ਹਾਂ ਕਲਾ ਵਾਲੀ ਚੌਪੜ ਵਿਛਾ ਦਿੱਤੀ, ਜਿਹੜੀ ਰਾਜੇ ਲੋਕ ਸ਼ਤਰੰਜ ਖੇਡਦੇ ਹੁੰਦੇ ਆ। ਇਹ ਰਾਜਕੁਮਾਰੀ ਅਤੇ ਇੱਕ ਰਾਜਕੁਮਾਰ ਦੀ ਉਹਨੇ ਕਵਿਤਾ ਲਿਖੀ ਹੋਈ। ਉਹਨੇ ਸ਼ਤਰੰਜ ਵਿਛਾ ਦਿੱਤੀ ਆ ਅਤੇ ਖੇਡਦਿਆਂ ਖੇਡਦਿਆਂ ਨਵਸਾਤ ਪੀਆ ਪੈਦਾਇਕ ਪਾਏ, ਸੋਲ੍ਹਵਾਂ ਦਾ ਉਹਦੇ ਪਤੀ ਦਾ ਪੁੱਗ ਗਿਆ। ਜਦੋਂ ਉਹਦਾ ਪਤੀ ਜਿੱਤ ਗਿਆ ਅਤੇ ਜੀਤ ਕਲਾ ਨਵਸਾਤਨ ਕੀ, ਸੋਲ੍ਹਾਂ ਕਲਾ ਵਾਲੀ ਚੌਪੜ ਦੀ ਜਿਹੜੀ ਖੇਡ ਸੀ ਉਹਦੇ ਪਤੀ ਨੇ ਜਿੱਤ ਲਈ, ਨਵਸਾਤਨ ਕੇ ਮੁੱਖ ਅੰਚਲ ਲਾ ਛਾਏ। ਅਤੇ ਸ਼ਰਮ ਨਾ ਮਾਰੀ ਹੋਈ ਕੁੜੀ ਨੇ ਆਪਣਾ ਚਿਹਰਾ ਉਸ ਪੱਲੇ ਦੇ ਨਾਲ ਢੱਕ ਲਿਆ, ਅਤੇ ਉਹ ਇੰਝ ਢੱਕਿਆ ਗਿਆ ਜਿੱਦਾਂ ਬੱਦਲਾਂ ਦੇ ਓਲੇ ਚੰਨ ਆ ਗਿਆ ਹੁੰਦਾ। ਭਾਈ ਧੰਨਾ ਸਿੰਘ ਨੇ ਉਹਦੇ ਅਰਥ ਕਰ ਦਿੱਤੇ, ਜਿਹੜਾ ਬੜੇ ਰਿਆਸਤਾਂ ਦੀ ਰਾਜਿਆਂ ਦੇ ਵਿਦਵਾਨਾਂ ਨੂੰ ਹਰਾ ਕੇ ਆਇਆ ਸੀ, ਇੱਕ ਪਲ ਵਿੱਚ ਉਹਦੇ ਅਰਥ ਕਰ ਦਿੱਤੇ। ਅਤੇ ਪੰਡਿਤ ਜੀ ਕਹਿੰਦੇ ਆ ਹਾਂ ਠੀਕ ਹੈ ਜੀ, ਆਉਂਦੇ ਆ ਤੁਹਾਡੇ ਬੰਦਿਆਂ ਨੂੰ ਅਰਥ। ਮਹਾਰਾਜ ਕਹਿੰਦੇ ਇੱਥੇ ਗੱਲ ਨਹੀਂ ਮੁੱਕੀ ਵੀ ਤੂੰ ਹਾਂ ਗੱਲ ਕਰਦੇ ਵੀ ਆਉਂਦੇ ਆ ਤੁਹਾਡੇ ਬੰਦਿਆਂ ਨੂੰ। ਪੰਡਿਤ ਜੀ ਤੁਹਾਡੀ ਕਵਿਤਾ ਦੇ ਅਰਥ ਕਰ ਦਿੱਤੇ ਨੇ ਭਾਈ ਧੰਨਾ ਸਿੰਘ ਨੇ, ਅਤੇ ਹੁਣ ਭਾਈ ਧੰਨਾ ਸਿੰਘ ਉਹ ਕਵਿਤਾ ਬੋਲੂਗਾ, ਉਹਦੇ ਅਰਥ ਤੁਸੀਂ ਕਰਕੇ ਦੱਸੋ। ਉਹ ਕਹਿੰਦਾ ਜੀ ਐਡੇ ਮਾੜੇ ਦਿਨ ਸਾਡੇ ਆ ਗਏ ਆ ਵੀ ਇਹਨਾਂ ਅਨਪੜ੍ਹਾਂ ਦੀਆਂ ਕਵਿਤਾ ਦੇ ਪੰਡਿਤ ਅਰਥ ਕਰਨ। ਮਹਾਰਾਜ ਕਹਿੰਦੇ ਨੇ ਪੰਡਿਤ ਤੇ ਉਹ ਹੁੰਦਾ ਜਿਹੜਾ ਸਭਾ ਵਿੱਚ ਜਿੱਤ ਜੇ, ਕਿਉਂਕਿ ਤੇਰੀ ਜਿਹੜੀ ਤ੍ਰਿਸ਼ਨਾ ਆ ਨਾ ਉਹ ਤੇਰਾ ਹੰਕਾਰ ਭੰਨਣਾ ਵਾ।
ਇੰਨੀਆਂ ਪੋਥੀਆਂ ਪੜ੍ਹ ਲਈਆਂ ਹੀ ਇੰਨਾ ਗਿਆਨ ਅਤੇ ਅੰਦਰ ਤਾਂ ਤੇਰੇ ਭਾਬੜ ਬਲਦੇ ਆ ਮਾਰੇ, ਕਹਿੰਦੇ ਨੇ ਠੰਡ ਤਾਂ ਪਈ ਨਹੀਂ ਤਾਂ ਪੜ੍ਹਨ ਦਾ ਕੀ ਫਾਇਦਾ ਹੋਇਆ, ਅੱਜ ਤੈਨੂੰ ਠੰਡ ਪਾ ਕੇ ਘੱਲਾਂਗੇ ਕਿਉਂਕਿ ਤੂੰ ਸਹੀ ਟਿਕਾਣੇ 'ਤੇ ਆ ਗਿਆ। ਧੰਨਾਸਿਆਂ ਮਾਰੇ ਕਹਿੰਦੇ ਨੇ ਤੇਰੇ ਪੱਠੇ ਭਾਵੇਂ ਘੜੀ ਲੇਟ ਹੋ ਜਾਣ ਪਰ ਤੂੰ ਹੁਣ 2 ਮਿੰਟ ਬੋਲ ਕੇ ਅਤੇ ਇਹਨੂੰ ਕਵਿਤਾ ਸੁਣਾ ਅਤੇ ਪੰਡਿਤ ਜੀ ਉਹਦੇ ਅਰਥ ਕਰਨਗੇ ਅਤੇ ਪੰਡਿਤ ਦੇ ਖਿਆਲ 'ਚ ਵੀ ਇਹਨਾਂ ਲੋਕਾਂ ਨੇ ਕੀ ਬੋਲਣਾ। ਫਿਰ ਗੁਰੂ ਕਾ ਸਿੱਖ ਬੋਲਿਆ, ਗੁਰੂ ਕਾ ਸਿੱਖ ਕਹਿੰਦਾ ਹੈ ਮੀਨ ਮਰੇ ਜਲ ਕੇ ਪਰਸੇ, ਕਬਹੂ ਨਾ ਮਰੇ ਪਰ ਪਾਵਕ ਪਾਏ, ਹਾਥੀ ਮਰੇ ਮਦ ਕੇ ਪਰਸੇ, ਕਬਹੂ ਨਾ ਮਰੇ ਤਨ ਤਾਪ ਜੇ ਆਏ, ਤੀ ਮਰੇ ਪਤ ਕੇ ਪਰਸੇ, ਕਬਹੂ ਨਾ ਮਰੇ ਪਰਦੇਸ ਸਧਾਏ, ਗੂੜ ਜੋ ਬਾਤ ਕਹੀ ਦਿਜਰਾਜ, ਨਾ ਵਿਚਾਰ ਸਕੋ ਬਿਨਾ ਚਿੱਤ ਲਾਏ। ਉਹ ਕਹਿੰਦਾ ਇਹ ਤਾਂ ਕਵਿਤਾ ਹੀ ਗਲਤ ਵਾ, ਇਹ ਤਾਂ ਕਵਿਤਾ ਹੀ ਗਲਤ ਵਾ ਵੀ ਇਹਨੇ ਇਹ ਤੁਹਾਡੇ ਬੰਦੇ ਨੇ ਇਹ ਗੱਲ ਆਖੀ, ਮੈਂ ਸਮਝ ਲਿਆ ਇਹਨੇ ਇਹ ਆਖਿਆ ਵੀ ਮੀਨ ਮਰੇ ਜਲ ਕੇ ਪਰਸੇ, ਕਬਹੂ ਨਾ ਮਰੇ ਪਰ ਪਾਵਕ ਪਾਏ, ਵੀ ਮੱਛੀ ਜਿਹੜੀ ਆ ਪਾਣੀ ਵਿੱਚ ਪਾ ਦਿਓ ਤੇ ਮਰ ਜਾਂਦੀ ਆ ਤੇ ਅੱਗ ਵਿੱਚ ਰੱਖ ਦਿਓ ਤੇ ਨਹੀਂ ਮਰਦੀ। ਤੇ ਕਦੀ ਏਦਾਂ ਹੋਇਆ ਮੱਛੀਆਂ ਅੱਗ 'ਚ ਮਰਦੀਆਂ ਨੇ ਪਾਣੀ 'ਚ ਨਹੀਂ ਮਰਦੀਆਂ? ਗੁਰੂ ਜੀ ਤੁਹਾਡੇ ਬੰਦੇ ਨੂੰ ਕਵਿਤਾ ਲਿਖਣੀ ਨਹੀਂ ਆਈ। ਇਹਨੇ ਆਖਿਆ ਵਾ ਵੀ ਹਾਥੀ ਮਰੇ ਮਦ ਕੇ ਪਰਸੇ, ਸ਼ਰਾਬ ਪੀਵੇ ਤੇ ਹਾਥੀ ਮਰ ਜਾਂਦਾ, ਕਬੂ ਨਾ ਮਰੇ ਤਨ ਤਾਪ ਜੇ ਆਏ, ਬੁਖਾਰ ਚੜ੍ਹ ਜੇ ਤੇ ਹਾਥੀ ਨਹੀਂ ਮਰਦਾ। ਜਲ ਕੇ ਹਿਸਟਰੀ ਇਹਨਾਂ ਦੀ ਇਹ ਆ ਵੀ ਹਾਥੀ ਨੂੰ ਬੁਖਾਰ ਚੜ੍ਹੇ ਤਾਂ ਉਸ ਵੇਲੇ ਉਹਦੀ ਮੌਤ, ਉਹਨੂੰ ਕੋਈ ਦਵਾਈ ਨਹੀਂ ਲੱਗਦੀ, ਸ਼ਰਾਬ ਜਿੰਨੀ ਮਰਜ਼ੀ ਪਿਆਲ ਦਿਓ। ਇਹਨੇ ਇਹ ਇਸ ਢੰਗ ਦੀ ਲਿਖੀ ਹੈ, ਚਲੋ ਬਹੁਤਾ ਟਾਈਮ ਲੱਗ ਜੂਗਾ ਮੈਂ 2 ਪੰਕਤੀਆਂ ਦੇ ਕਰ ਦਿੰਦਾ। ਮਹਾਰਾਜ ਕਹਿੰਦੇ ਨੇ ਜੋ ਧੰਨਾ ਸਿੰਘ ਨੇ ਆਖਿਆ ਉਹ ਬਿਲਕੁਲ ਸਹੀ ਆ। ਉਹਨੇ ਮਗਰਲੀ ਪੰਕਤੀ ਵਿੱਚ ਇਹ ਆਖਿਆ ਵਾ ਵੀ ਗੂੜ ਮੈਂ ਬਾਤ ਕਹੀ ਦਿਜਰਾਜ, ਹੇ ਪੰਡਿਤ ਜੀ ਮੈਂ ਬੜੀ ਗੁੱਝੀ ਗੱਲ ਇਸ ਕਵਿਤਾ ਵਿੱਚ ਆਖੀ ਆ, ਉਹਨਾਂ ਚਿਰ ਤੁਸੀਂ ਇਹਦੇ ਅਰਥ ਨਹੀਂ ਕਰ ਸਕਦੇ ਜਿੰਨਾ ਚਿਰ ਤੁਹਾਡੀ ਇਕਾਗਰਤਾ ਨਾ ਬਣੂਗੀ, ਨਾ ਵਿਚਾਰ ਸਕੋ ਬਿਨਾਂ ਚਿੱਤ ਲਾਏ। ਲਾ ਚਿੱਤ ਅਤੇ ਕਰ ਅਰਥ, ਉਹ ਫਿਰ ਟਿਟਕ ਟਿਟ ਕੇ ਮਰ ਗਿਆ ਅਤੇ ਉਹਨੂੰ ਸਮਝ ਹੀ ਨਾ ਲੱਗੇ ਵੀ ਭਾਈ ਸਾਹਿਬ ਜੀ ਇਸ ਕਵਿਤਾ ਵਿੱਚ ਕਹਿੰਦੇ ਕੀ ਆ, ਕਿਉਂਕਿ ਜਿਹੜੀ ਅੰਦਰ ਦੀ ਤ੍ਰਿਸ਼ਨਾ ਸੀ ਨਾ ਮੈਂ ਉਹਨੂੰ ਵੀ ਹਰਾ ਦੇਣਾ, ਮੈਂ ਉਹਨੂੰ ਵੀ ਹਰਾ ਦੇਣਾ, ਉਹ ਹਰਾਉਣ ਗਿੱਜਾ ਸੀ ਅਤੇ ਅੰਦਰ ਤੇ ਅੱਗ ਦੇ ਭਾਂਬੜ ਬਲਦੇ ਸੀ, ਅਤੇ ਜਿਹੜਾ ਦੂਜੇ ਨੂੰ ਹਰਾਉਣ ਗਿੱਜਾ ਹੋਵੇ ਦੂਜਿਆਂ ਨੂੰ ਨੀਵਾਂ ਵਿਖਾਲਣ ਗਿੱਜਾ ਹੋਵੇ ਉਹਦੇ ਅੰਦਰ ਇਕਾਗਰਤਾ ਨਹੀਂ ਬਣਦੀ ਹੁੰਦੀ, ਉਹ ਅੰਦਰੋਂ ਕਲਪਿਆ ਹੀ ਰਹਿੰਦਾ ਬੰਦਾ ਹਰ ਵੇਲੇ, ਚੈਨ ਤਾਂ ਹੁੰਦਾ ਹੀ ਨਹੀਂ ਅੰਦਰ। ਬੜਾ ਚਿਰ ਲੱਗ ਗਿਆ ਅਤੇ ਆਖਰ ਵਿਚਾਰਾ ਚੁੱਪ ਕਰ ਗਿਆ ਅਤੇ ਮਹਾਰਾਜ ਕਹਿੰਦੇ ਨੇ ਪੰਡਿਤ ਜੀ ਨਹੀਂ ਆਏ ਅਰਥ? ਕਹਿੰਦਾ ਨਹੀਂ ਆਏ, ਮੇਰਾ ਫੈਸਲਾ ਤਾਂ ਇਹ ਹੈ ਵੀ ਤੁਹਾਡੇ ਬੰਦੇ ਨੇ ਕਵਿਤਾ ਹੀ ਗਲਤ ਲਿਖੀ ਹੈ। ਮਹਾਰਾਜ ਕਹਿੰਦੇ ਨੇ ਚੱਲ ਪਈ ਧੰਨਾ ਸਿਆਂ, ਤੂੰ ਹੁਣ ਆਪਣੀ ਕਵਿਤਾ ਦੇ ਅਰਥ ਕਰ। ਉਹ ਕਹਿੰਦਾ ਪੰਡਿਤ ਜੀ ਗੱਲ ਤਾਂ ਕੱਖ ਵੀ ਨਹੀਂ ਸੀ, ਤੁਸੀਂ ਬਹੁਤਾ ਸਿਰ 'ਤੇ ਵਿੱਦਿਆ ਦਾ ਭਾਰ ਚੁੱਕਿਆ ਵਾ, ਤਾਂ ਅਸੀਂ ਮਾੜੇ ਮੋਟੇ ਬੰਦੇ ਹਾਂ, ਕਈ ਵਾਰੀ ਮਾੜੇ ਮੋਟੇ ਬੰਦੇ ਬਾਜੀ ਮਾਰ ਜਾਂਦੇ ਆ, ਭਾਈ ਗੱਲ ਮੈਂ ਇੰਨੀ ਕਹੀ ਆ ਵੀ ਮੀਨ ਮਰੇ ਜਲ ਕੇ ਪਰਸੇ, ਅਤੇ ਉਹ ਜਿਹੜਾ ਵਿਸ਼ਰਾਮ ਸੀ ਨਾ ਕਬਹੂ ਨਾ, ਉਹ ਮੈਂ ਪਰਸੇ 'ਤੇ ਲਾ ਦਿੱਤਾ, ਇਹ ਤੁਸਾਂ ਸਿਰਫ ਵਿਸ਼ਰਾਮ ਹੀ ਠਹੀ ਕਰਨਾ ਸੀ ਤਾਂ ਉਹਦੇ ਅਰਥ ਹੋ ਜਾਣੇ ਸੀ, ਉਹਦੇ ਅਰਥ ਇੰਜ ਹੋ ਜਾਣੇ ਸੀ ਵੀ ਮੀਨ ਮਰੇ ਜਲ ਕੇ ਪਰਸੇ ਕਬਹੂ ਨਾ, ਮਰੇ ਪਰ ਪਾਵਕ ਪਾਏ, ਪਾਣੀ ਵਿੱਚ ਪਾਇਆ ਮੱਛੀ ਕਦੀ ਨਹੀਂ ਮਰਦੀ, ਮਰਦੀ ਉਦੋਂ ਆ ਜਦੋਂ ਉਹਨੂੰ ਅੱਗ ਵਿੱਚ ਸੁੱਟ ਦਿਓ। ਗੱਲ ਤਾਂ ਕੁਝ ਵੀ ਨਹੀਂ ਸੀ, ਤੂੰ ਐਵੇਂ ਹੰਕਾਰ ਦਾ ਘੋੜੇ 'ਤੇ ਚੜਿਆ ਹੋਇਆ, ਮੈਂ ਇਹ ਗੱਲ ਆਖੀ ਹਾਥੀ ਮਰੇ ਮਦ ਕੇ ਪਰਸੇ ਕਬਹੂ ਨਾ, ਮਰੇ ਤਨ ਤਾਪ ਜੋ ਆਏ, ਸ਼ਰਾਬ ਪੀਣਾ ਹਾਥੀ ਨਹੀਂ ਮਰਦਾ, ਮਰ ਜਾਂਦਾ ਉਦੋਂ ਜਦੋਂ ਉਹਦੇ ਸਰੀਰ 'ਤੇ ਬੁਖਾਰ ਚੜ੍ਹ ਜਾਂਦਾ। ਇੱਕ ਵਿਸ਼ਰਾਮ ਇੱਥੋਂ ਚੁੱਕ ਕੇ ਇੱਥੇ ਕਰਨਾ ਸੀ, ਉਹ ਤੇਰੇ ਕੋਲ ਹੋਇਆ ਨਹੀਂ, ਤੂੰ ਕਹਦਾ ਪੰਡਿਤ ਆ। ਜਦੋਂ ਇੰਨੀ ਗੱਲ ਕੀਤੀ ਅਤੇ ਉਹ ਜਿਹੜਾ ਕਵੀ ਚੰਦਨ ਸੀ ਹੰਕਾਰ ਦਾ ਕਿਲਾ ਢਹਿ ਗਿਆ, ਮਹਾਰਾਜ ਦੇ ਚਰਨਾਂ 'ਚ ਡਿੱਗ ਪਿਆ, ਕਹਿੰਦਾ ਗਰੀਬਨ ਵਾਸ ਜੀ ਕੋਈ ਇੱਥੇ ਵਿਦਵਾਨ ਨਹੀਂ, ਸਿਆਣਾ ਉਹ ਆ ਜਿਹਦੇ ਸਿਰ 'ਤੇ ਤੁਸੀਂ ਹੱਥ ਰੱਖੋ, ਜੇ ਤੁਸੀਂ ਅਨਪੜ੍ਹਾਂ ਦੇ ਸਿਰ 'ਤੇ ਹੱਥ ਰੱਖ ਦਿਓ ਤਾਂ ਉਹ ਗਿਆਨੀ ਆ।
ਉਹ ਭਾਈ ਆ, ਉਹ ਵਿਦਵਾਨ ਵਾ, ਤੇ ਜੇ ਪੜ੍ਹਿਆ ਲਿਖਿਆ ਵੱਲ ਤੁਸੀਂ ਧਿਆਨ ਨਾ ਕਰੋ ਤੇ ਪੜ੍ਹਿਆ ਲਿਖਿਆ ਦੇ ਪੱਲੇ ਕੱਖ ਨਹੀਂ। ਗਰੀਬ ਨਵਾਜ ਜੀ ਕਹਿੰਦੇ ਨੇ ਇੱਕ ਦੂਜੇ ਨੂੰ ਨੀਵਾਂ ਵਿਖਾਲਣਾ ਛੱਡ ਦਿਓ, ਮਨ ਦੇ ਅੰਦਰ ਸੁੱਖ ਹੁਣੇ ਹੀ ਬਣ ਜਾਂਦਾ। ਕਾਹਦੇ ਵਾਸਤੇ ਤੁਰਿਆ ਫਿਰਦਾ ਵੀ ਉਹਨੂੰ ਜਿੱਤਣਾ, ਉਹਨੂੰ ਜਿੱਤਣਾ ਬਾਰੇ ਕਹਿੰਦੇ ਨੇ ਇੰਨੀਆਂ ਪੋਥੀਆਂ ਪੜ੍ਹੀਆਂ ਸੁੱਖ ਬਣਿਆ ਨਹੀਂ ਜੀ। ਪਤਾ ਕਿਉਂ ਨਹੀਂ ਬਣਿਆ? ਤੇਰੇ ਅੰਦਰ ਤ੍ਰਿਸ਼ਨਾ ਦੇ ਭਾਂਬੜ ਬਲਦੇ ਆ, ਤੇ ਤ੍ਰਿਸ਼ਨਾ ਦੇ ਭਾਂਬੜ ਦੇ ਉੱਤੇ ਹੁਣ ਕੋਈ ਠੰਡੀ ਚੀਜ਼ ਪਊਗੀ ਤੇ ਫਿਰ ਮਹਾਰਾਜ ਕਹਿੰਦੇ ਨੇ ਅੰਦਰ ਸੁੱਖ ਬਣਨਾ। ਉਹ ਆਉਂਦਾ ਫਿਰ ਠੰਡ ਕਾਹਦੇ ਵਿੱਚ ਆ ਮਹਾਰਾਜ ਜੀ? ਗਰੀਬ ਨਵਾਜ ਜੀ ਕਹਿੰਦੇ ਨੇ ਇਹਨਾਂ ਸਾਡੇ ਸਿੱਖਾਂ ਦੀ ਸੰਗਤ ਕਰੋ, ਇਹ ਸਿਆਣਿਆਂ ਤੋਂ ਸਿਆਣੇ ਨੇ ਪਰ ਅਵਸਥਾ ਪਤਾ ਇਹਨਾਂ ਦੀ ਕੀ ਆ? ਮਹਾਰਾਜ ਕਹਿੰਦੇ ਇਹਨਾਂ ਦੀ ਮੱਤ ਉੱਚੀ ਆ ਤੇ ਮਨ ਕਰਕੇ ਨੀਵੇਂ ਰਹਿੰਦੇ। ਜਿਹਦੀ ਮੱਤ ਉੱਚੀ ਆ, ਕੰਮ ਚੰਗੇ ਨੇ ਤੇ ਚੰਗੇ ਕੰਮ ਕਰਕੇ ਵੀ ਨਿਮਰਤਾ ਦੇ ਵਿੱਚ ਰਹਿੰਦੇ ਆ ਨਾ ਜਿਹੜੇ, ਮਾਰੇ ਕਹਿੰਦੇ ਨੇ ਉਹਦੇ ਬੰਦੇ ਦੇ ਅੰਦਰ ਹੀ ਸੁੱਖ ਹੁੰਦਾ, ਜੇ ਦੂਜੇ ਹੰਕਾਰੀ ਬੰਦੇ ਦੇ ਅੰਦਰ ਕਦੀ ਸੁੱਖ ਹੋ ਹੀ ਨਹੀਂ ਸਕਦਾ। ਤੋ ਆਂਦਾ ਜੀ ਫਿਰ ਮੈਂ ਕੀ ਕਰਾਂ? ਗਰੀਬਨ ਵਾਜ ਜੀ ਕਹਿੰਦੇ ਨੇ ਤੂੰ ਥੋੜ੍ਹਾ ਚਿਰ ਸੰਗਤ ਕਰ, ਤੇਰੇ ਅੰਦਰ ਹੁਣੇ ਤੁਸੀਂ ਹੁਕਮਨਾਮਾ ਸੁਣਿਆ ਨਾ। ਮਹਾਰਾਜ ਨੇ ਆਖਿਆ ਜੋਗੀ ਥੱਕ ਕੇ ਸਮਾਧੀਆਂ ਲਾਉਂਦੇ ਤੇ ਪੁੱਠੇ ਲਮਕ ਲਮਕ ਕੇ ਮਰ ਗਏ, ਕਈ ਪਾਣੀਆਂ 'ਚ ਬਹਿ ਬਹਿ ਕੇ ਮਰ ਗਏ, ਕਈਆਂ ਨੇ ਕੁਛ ਕੀਤਾ, ਕਈਆਂ ਨੇ ਕੁਛ ਕੀਤਾ, ਪਰ ਸੁੱਖ ਨਹੀਂ ਬਣ ਸਕਿਆ। ਸੁੱਖ ਕਦੋਂ ਬਣਿਆ? ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਨ ਕੈ ਕਰਮ ਕਹੋ ਨਾਨਕ ਤਿਸ ਭਇਓ ਪ੍ਰਾਪਤ, ਜਿਸ ਪੁਰਬ ਲਿਖੇ ਕਾ ਲੈਣਾ। ਇਹ ਕਿਸੇ ਦੇ ਮੱਥੇ ਦੇ ਭਾਗ ਲਿਖੇ ਹੋਣ ਤੇ ਕੋਈ ਸੰਗਤ ਵਿੱਚ ਘੜੀ ਆਣ ਕੇ ਬਹਿ ਜੇ, ਜਿਹੜਾ ਜਿਹੜਾ ਸੰਗਤ ਵਿੱਚ ਬੈਠੇਗਾ ਹੌਲੀ ਹੌਲੀ ਕੀ ਹੋਏਗਾ? ਮਹਾਰਾਜ ਕਹਿੰਦੇ ਨੇ ਰਹਿਤ ਰਹਿਤ ਰਹਿ ਜਾਏ ਬੇਕਾਰਾ। ਕਈ ਵਾਰੀ ਕਹਿੰਦੇ ਆ ਨਾ ਵੀ ਫਲਾਣਾ ਬੰਦਾ ਆਇਆ ਜੀ, ਮਹੀਨਾ ਦੋ ਮਹੀਨੇ ਫਰਕ ਨਹੀਂ ਪਿਆ, ਜਾਂ ਆਪ ਹੀ ਅਸੀਂ ਕਹਿਣ ਲੱਗ ਪਈਏ। ਗਰੀਬ ਨਵਾਜ ਜੀ ਕਹਿੰਦੇ ਨੇ ਕਈ ਜਨਮਾਂ ਦੀਆਂ ਗਲਤੀਆਂ ਤੇ ਗੁਨਾਹ ਉਹ ਘੁੱਟ ਕੇ ਚੰਬੜੇ ਹੋਏ ਨੇ, ਇੱਕਦਮ ਨਹੀਂ ਲੱਥਣਗੇ। ਜਿਉਂ ਜਿਉਂ ਆਓਗੇ ਰਹਿਤ ਰਹਿਤ ਰਹਿ ਜਾਏ ਬੇਕਾਰਾ, ਜਿਉਂ ਜਿਉਂ ਆਈ ਜਾਓਗੇ ਹੌਲੀ ਹੌਲੀ ਲੱਥਦੇ ਜਿੰਨਾ ਵਾਧੂ ਭਾਰ ਲੱਗਾ ਨਾ ਉਹ ਸਾਰਾ ਝੜ ਜਾਏਗਾ। ਤੇ ਮਾਰੇ ਕਹਿੰਦੇ ਨੇ ਮਨ ਤੇ ਆਤਮਾ ਹੌਲਾ ਭਾਰ ਹੋ ਜਾਏਗਾ। ਹੌਲੇ ਭਾਰ ਵਾਲਾ ਬੰਦਾ ਸੰਤੁਸ਼ਟ ਰਹਿੰਦਾ, ਹਰ ਵੇਲੇ ਆਨੰਦ ਰਹਿੰਦਾ। ਤੇ ਗਰੀਬ ਨਵਾਜ ਜੀ ਨੇ ਉਹਨੂੰ ਆਖਿਆ ਬਹਿ ਸੰਗਤ ਵਿੱਚ। ਉਹ ਫਿਰ ਗੁਰੂ ਕੇ ਸਿੱਖਾਂ ਦੀ ਸੰਗਤ ਵਿੱਚ ਲਿਖਦਾ ਵੀ ਰਿਹਾ, ਪਰ ਉਹ ਸਿੱਖ ਕੀ ਕਰਦੇ ਸੀ? ਗੁਰੂ ਕੀ ਸੰਗਤ ਦੇ ਸਿੱਖ ਜਿਹੜੇ ਬੜੇ ਬੜੇ ਵਿਦਵਾਨ ਸੀ, ਲੋੜ ਪੈਂਦੀ ਸੀ ਤੇ ਬਾਲਣ ਪਾਉਣ ਲੱਗ ਪੈਂਦੇ ਸੀ, ਲੋੜ ਪੈਂਦੀ ਸੀ ਤੇ ਚੱਕੀ ਚਲਾ ਘੇੜਨ ਲੱਗ ਪੈਂਦੇ ਸੀ, ਲੋੜ ਪੈਂਦੀ ਤੇ ਪਾਣੀ ਢੋਣ ਲੱਗ ਪੈਂਦੇ ਸੀ, ਤੇ ਇਹ ਲੋਕ ਉੱਚੇ ਹੋ ਕੇ ਬਹਿੰਦੇ ਸੀ। ਜਦੋਂ ਉਹਦੇ ਸਿਰ ਤੇ ਵੀ ਮੜਾਸਾ ਕਰਾਇਆ ਵੀ ਚੱਲ ਬਾਲਣ ਲਿਆਈਏ, ਚੱਲ ਪੱਠੇ ਲਿਆਈਏ, ਚੱਲ ਟਾਈਮ ਹੋ ਗਿਆ ਹੁਣ ਸੰਗਤ ਵਿੱਚ ਚੱਲੀਏ, ਜਦੋਂ ਮਨ ਨੀਵਾਂ ਕਰਕੇ ਸੇਵਾ ਕੀਤੀ ਤੇ ਕੁਝ ਦਿਨਾਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਪੁੱਛਿਆ ਪੰਡਿਤ ਜੀ ਚੰਦਨ ਜੀ ਕੀ ਹਾਲ ਆ? ਤੇ ਉਹ ਫਿਰ ਅੰਦਰ ਇਹ ਗੱਲ ਹੋ ਗਈ ਸੀ ਜੋ ਮਹਾਰਾਜ ਨੇ ਲਿਖਿਆ ਸੀ ਕਿ ਅੰਦਰੋਂ ਤ੍ਰਿਸ਼ਨਾ ਅਗਨ ਬੁਝੀ, 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 ਅੰਦਰੋਂ ਤ੍ਰਿਸ਼ਨਾ ਅਗਨ ਬੁਝੀ। ਉਹ ਬੁਝੀ ਆ ਕਾਹਦੇ ਨਾਲ? ਹਰ ਅੰਮ੍ਰਿਤ ਸਰ ਨਾਤਾ। ਅੰਮ੍ਰਿਤ ਸਰ ਦਾ ਮਤਲਬ ਸਰੋਵਰ, ਗੁਰੂ ਸਾਹਿਬ ਜੀ ਦੀ ਸੰਗਤ ਵਿੱਚ ਬਹਿ ਕੇ ਤੇ ਮਹਾਰਾਜ ਨੇ ਉਹਦਾ ਅੰਮ੍ਰਿਤ ਵਿੱਚ ਇਸ਼ਨਾਨ ਕਰਾ ਦਿੱਤਾ। ਜਿਹੜਾ ਤ੍ਰਿਸ਼ਨਾ ਦਾ ਭਾਂਬੜ ਬਲਦਾ ਸੀ ਉਹਦੇ ਉੱਤੇ ਜਦੋਂ ਅੰਮ੍ਰਿਤ ਪਿਆ ਤੇ ਅੰਦਰ ਠੰਡ ਪੈ ਗਈ। ਅੱਜ ਗੁਰੂ ਰਾਮਦਾਸ ਜੀ ਮਹਾਰਾਜ ਕਹਿੰਦੇ ਨੇ ਮੇਰਾ ਮਨ ਹਰ ਹਰ ਸ਼ਾਂਤ ਦਵਾਈ,
ਤ੍ਰਿਸ਼ਨਾ ਅਗਨ ਬੁਝੀ ਖਿਨ ਭੀਤਰ ਗੁਰ ਮਿਲਿਆ ਸਭ ਭੁੱਖ ਗਵਾਈ। ਗੁਰੂ ਨੇ ਦੱਸਿਆ ਵੀ ਆ ਜੇ ਨਾਮ ਜਪੇਗਾ ਤੇ ਭੁੱਖਾ ਮਨ ਰੱਜ ਜਾਏਗਾ, ਜੇ ਸੰਗਤ ਕਰੇਗਾ ਤੇ ਆ ਜਿਹੜੇ ਭਾਂਬੜ ਬਲਦੇ ਆ ਨਾ ਇਹ ਠੰਡੇ ਹੋ ਜਾਣਗੇ, ਨਹੀਂ ਤੇ ਕਿਸੇ ਵੀ ਤਰੀਕੇ ਨਾਲ ਬੰਦੇ ਦੇ ਅੰਦਰ ਠੰਡ ਨਹੀਂ ਪੈ ਸਕਦੀ। ਕਲਪ ਦੇ ਮਨ ਨੂੰ ਠੰਡਿਆਂ ਕਰਨ ਵਾਸਤੇ ਆ ਕੁਝ ਬੰਦਿਆਂ ਨੇ ਗਲਤ ਉਪਾਅ ਕੀਤੇ ਜਿਹੜੇ ਗੁਰੂ ਗ੍ਰੰਥ ਸਾਹਿਬ ਵਿੱਚ ਲਿਖੇ ਹੋਏ। ਜਦੋਂ ਉਹਨਾਂ ਨੇ ਪੜ੍ਹਿਆ ਨਾ ਅੰਦਰ ਵੀ ਮਨ ਦੇ ਅੰਦਰ ਤੇ ਭਾਂਬੜ ਮੱਚਦੇ ਆ, ਕਲਪਣਾ ਪਈ ਹੋਈ ਆ ਤੇ ਇਹ ਸੇਕ ਚੜਿਆ ਹੋਇਆ ਹਰ ਵੇਲੇ ਤਪਸਵਾ ਬੰਦੇ ਦੇ ਅੰਦਰ, ਤੇ ਉਹਨਾਂ ਨੇ ਕੀ ਕੀਤਾ? ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਚੰਦਨ ਚੰਦਨ ਸਰਦ ਰੁੱਤ ਮੂਲ ਨਾ ਮਿਟਹੀ ਘਾਮ। ਉਹਨਾਂ ਲੋਕਾਂ ਨੇ ਚੰਦਨ ਰਗੜ ਰਗੜ ਕੇ ਤੇ ਸਰੀਰ ਨੂੰ ਲਾਉਂਦੇ ਰਹੇ ਵੀ ਮਨ ਬੜਾ ਕਲਪਿਆ ਹੋਇਆ ਤਪਸਵਾ ਤੇ ਚੰਦਨ ਨੇ ਸ਼ਾਇਦ ਅੰਦਰ ਠੰਡ ਪਾ ਦੇਣੀ। ਉਹ ਸਰੀਰ ਨੂੰ ਮਿਲਿਆ, ਮਨ ਤੇ ਫਿਰ ਉੱਦਾਂ ਹੀ ਰਿਹਾ। ਕਈ ਲੋਕ ਚੰਦਰਮੇ ਦੀਆਂ ਰਾਤਾਂ ਨੂੰ ਬਾਹਰ ਸੌਂਦੇ ਰਹੇ ਸਿਆਲ ਦੇ ਵਿੱਚ ਵੀ ਉਹ ਚੰਦਰਮੇ ਦੀਆਂ ਰਿਸ਼ਮਾਂ ਠੰਡੀਆਂ ਹੁੰਦੀਆਂ ਨੇ, ਉਹ ਸਾਡੇ ਪਵੇ ਤੇ ਅੰਦਰ ਠੰਡ ਪੈ ਜੇ, ਜਾਂ ਕੋਰਾ ਪਵੇ ਸਾਡੇ ਉੱਤੇ ਤੇ ਸਾਨੂੰ ਠੰਡ ਪੈ ਜੇ। ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਇੱਦਾਂ ਵੀ ਕਦੀ ਠੰਡ ਪਈ ਹੈ? ਚੰਦਨ ਚੰਦਨ ਸਰਦ ਰੁੱਤ ਮੂਲ ਨਾ ਮਿਟਈ ਘਾਮ, ਸੀਤਲ ਥੀਵੈ ਨਾਨਕਾ ਜਪੰਦੜੋ ਹਰ ਨਾਮ। ਜਿਹੜਾ ਨਾਮ ਜਪੇਗਾ ਉਹਦੇ ਅੰਦਰ ਠੰਡ ਪਵੇਗੀ, ਦੂਜੇ ਕਿਸੇ ਦੇ ਵੀ ਅੰਦਰ ਠੰਡ ਨਹੀਂ ਪੈ ਸਕਦੀ। ਹਰ ਬੰਦਾ ਕਲਾ ਦਾ ਘਰ ਬਣ ਜਾਏਗਾ, ਹਰ ਬੰਦਾ ਆਪ ਵੀ ਪਰੇਸ਼ਾਨ ਹੋਵੇਗਾ, ਦੂਜੇ ਨੂੰ ਵੀ ਪਰੇਸ਼ਾਨ ਕਰੇਗਾ ਜਿਹੜਾ ਨਾਮ ਨਹੀਂ ਜਪੇਗਾ, ਤੇ ਉਸ ਬੰਦੇ ਦੇ ਅੰਦਰ ਸੁੱਖ ਬਣ ਜਾਏਗਾ ਜਿਹੜਾ ਗੁਰੂ ਵਾਲਾ ਹੋ ਕੇ ਜਪੇਗਾ। ਵਾਹਿਗੁਰੂ 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 ਵਾਹਿਗੁਰੂ। ਮਹਾਰਾਜ ਨੇ ਤੇ ਉੱਥੇ ਆਪਣੇ ਲਾਗੇ ਰਾਜੇ ਜੋਗੀ ਕੀਤੇ ਹੋਏ ਸੀ, ਬੜੇ ਬੜੇ ਮਨ ਦੇ ਅਮੀਰ, ਬੜੇ ਬੜੇ ਵਿਦਿਆਵਾਨ ਬੰਦੇ, ਪਰ ਉਹ ਏਡਾ ਸਾਦਾ ਜੀਵਨ ਬਤੀਤ ਕਰਦੇ ਸੀ ਕਿਸੇ ਨੂੰ ਪਤਾ ਹੀ ਨਹੀਂ ਸੀ ਲੱਗਦਾ ਵੀ ਇਹ ਬੰਦੇ ਇੰਨੇ ਇੰਟੈਲੀਜੈਂਟ ਹੋ ਸਕਦੇ ਆ। ਵੀ ਏਡਾ ਪੜ੍ਹਿਆ ਲਿਖਿਆ ਬੰਦਾ ਜਿਹੜਾ ਦੂਜਿਆਂ ਦੀ ਔਖੀ ਤੋਂ ਔਖੀ ਕਵਿਤਾ ਦੇ ਅਰਥ ਵੀ ਕਰਦੇ ਤੇ ਆਪ ਵੀ ਰਾਈਟਰ ਆ, ਆਪ ਲਿਖਾਰੀ ਲਿਖਦਾ ਵੀ ਆ, ਪਰ ਫਿਰ ਵੀ ਉੱਥੇ ਘੋੜਿਆਂ ਦੀ ਲਿੱਤ ਚੁੱਕਦਾ ਫਿਰਦਾ। ਉਹਨਾਂ ਨੂੰ ਜ਼ਿੰਦਗੀ ਜਿਉਣ ਦਾ ਢੰਗ ਪਤਾ ਸੀ ਕਿ ਵਿੱਦਿਆ ਜਿੱਥੇ ਵਰਤਣੀ ਆ ਉੱਥੇ ਵਰਤ ਲਵਾਂਗੇ, ਅੱਗੋਂ ਪਿੱਛੋਂ ਸੇਵਾ ਕਰਕੇ ਆਪਣਾ ਜੀਵਨ ਸਵਾਰੀਏ, ਆਕੜ ਆਕੜ ਕੇ ਆਪਣੀ ਵਿੱਦਿਆ ਵਿਖਾਲ ਕੇ। ਤੇ ਵੱਧ ਤੋਂ ਵੱਧ ਕੋਈ ਇਹੋ ਕਹਿ ਦੂਗਾ ਨਾ ਬੱਲੇ ਬੱਲੇ ਫਲਾਣਾ ਬੰਦਾ ਬੜਾ ਵਿਦਵਾਨ ਵਾ, ਇਹਨਾਂ ਗੱਲਾਂ ਦੇ ਨਾਲ ਸਰਦਾ ਵਾ ਕੋਈ? ਕੀ ਬਣ ਜਾਂਦਾ ਇਹਨਾਂ ਗੱਲਾਂ ਦੇ ਨਾਲ? ਕੁਝ ਵੀ ਨਹੀਂ ਬਣਦਾ। ਗੱਲ ਉਦੋਂ ਆ ਜਦੋਂ ਗੁਰੂ ਸਾਹਿਬ ਮਿਹਰ ਦੀ ਨਜ਼ਰ ਕਰਕੇ ਤੇ ਕਿਸੇ ਨੂੰ ਪ੍ਰਵਾਨ ਕਰ ਲੈਣ ਲੱਗੇ ਤੇ ਸਾਰੇ ਸੇਵਾ ਵਿੱਚ ਹੀ ਆਪਣੇ ਵੱਲੋਂ, ਪਰ ਸਹੀ ਸੇਵਾ ਕੀ ਆ? ਮਹਾਰੇ ਕਹਿੰਦੇ ਸਾ ਸੇਵਾ ਕੀਤੀ ਸਫਲ ਹੈ ਜਿਤ ਸਤਿਗੁਰ ਕਾ ਮਨ ਮੰਨੇ। ਜਾਂ ਸਤਿਗੁਰ ਕਾ ਮਨ ਮੰਨਿਆ ਤਾਂ ਪਾਪ ਕਸੰਬਲ ਭੰਨੇ। ਜਦੋਂ ਗੁਰੂ ਕਿਸੇ ਤੇ ਖੁਸ਼ ਹੋ ਗਿਆ ਉਹਦੇ ਕੀਤੀਆਂ ਗਲਤੀਆਂ ਗੁਨਾਹ ਸਾਰੇ ਮਹਾਰਾਜ ਨੇ ਮਾਫ਼ ਕਰ ਦੇਣੇ। ਅਤੇ ਹਰ ਬੰਦਾ ਤੁਰਿਆ ਹੋਇਆ ਵੀ ਮੈਂ ਆਪਣੀਆਂ ਗਲਤੀਆਂ ਦੀ ਮਾਫ਼ੀ ਦਵਾ ਕੇ ਅਤੇ ਮਹਾਰਾਜ ਕੋਲੋਂ ਖੁਸ਼ੀਆਂ ਲੈਣੀਆਂ ਨੇ, ਅਤੇ ਉਹਦਾ ਫਿਰ ਤਰੀਕਾ ਗੁਰੂ ਸਾਹਿਬ ਜੀ ਦੱਸਦੇ ਨੇ। ਆਓ ਸਰਵਣ ਕਰੋ ਜੀ। ਗੁਰਮਤ ਨਗਰੀ ਖੋਜ ਖੋਜਾਈ। ਧੰਨ ਮਹਾਰਾਜ ਕਹਿੰਦੇ ਨੇ ਜਦੋਂ ਵੀ ਕਿਤੇ ਕੋਈ ਜਗਿਆਸੂ ਬੰਦਾ ਗੁਰੂ ਕੋਲੋਂ ਸਿੱਖਿਆ ਲੈ ਕੇ ਅਤੇ ਆਪਣੇ ਅੰਦਰ ਨੂੰ ਖੋਜਣ ਦਾ ਯਤਨ ਕਰੇ, ਅੰਦਰ ਜਦੋਂ ਕੋਈ ਖੋਜੇਗਾ ਪਤਾ ਕੀ ਮਿਲੇਗਾ? ਜਦੋਂ ਵੀ ਕਿਤੇ ਅੱਖਾਂ ਮੀਟ ਕੇ ਬਵਾਂਗੇ ਤੇ ਸਭ ਤੋਂ ਪਹਿਲਾਂ ਅੰਦਰੋਂ ਹਨੇਰਾ ਹੀ ਦਿਸਣਾ, ਅੰਦਰੋਂ ਕੱਖ ਨਹੀਂ ਦਿਸਣਾ, ਨਵੇਂ ਨਵੇਂ ਬੰਦੇ ਨੂੰ ਕੱਖ ਨਹੀਂ ਦਿਸਣਾ।
ਇੱਥੋਂ ਤੱਕ ਕਿ ਇੰਨੀ ਸੰਗਤ ਅਸੀਂ ਵੇਖੀ ਆ, ਦਰਸ਼ਨ ਕੀਤਾ ਨਾ, ਜਿਹੜਾ ਬੰਦਾ ਅਜੇ ਨਵਾਂ ਨਵਾਂ ਅਭਿਆਸੀ ਆ ਉਹ ਅੱਖਾਂ ਮੀਟ ਕੇ ਕਿਤੇ ਇਕੱਲਾ ਬਹਿ ਜੇ, ਇੱਥੇ ਭਾਵੇਂ ਸੰਗਤ ਦਾ ਦਰਸ਼ਨ ਕਰਕੇ ਵੀ ਜਾਊਗਾ ਪਰ ਆਪਣੇ ਅੰਦਰੋਂ ਉਹਨੂੰ ਸੰਗਤ ਦਾ ਦਰਸ਼ਨ ਨਹੀਂ ਹੋਣਾ। ਗੁਰੂ ਪਰਮੇਸ਼ਰ ਲੱਭਣਾ ਤਾਂ ਬੜੀ ਦੂਰ ਆ, ਉਹ ਅੱਖਾਂ ਮੀਟੂਗਾ, ਉਹਨੂੰ ਅੰਦਰੋਂ ਹਨੇਰਾ ਦਿਖੂਗਾ। ਜਿਉਂ ਜਿਉਂ ਫਿਰ ਨਿਤਨੇਮ ਕਰੇਗਾ, ਮਹਾਰਾਜ ਨੂੰ ਯਾਦ ਕਰੇਗਾ, ਨਾਮ ਜਪੇਗਾ, ਅਤੇ ਹੌਲੀ ਹੌਲੀ ਉਹ ਹਨੇਰਾ ਜਿਹੜਾ ਨਾ ਧੁੰਦਲੀ ਜਿਹੀ ਤਸਵੀਰ ਬਣ ਕੇ ਅਤੇ ਕਲੀਅਰ ਹੁੰਦਾ ਹੁੰਦਾ ਹੌਲੀ ਹੌਲੀ ਹੋਊਗਾ, ਅਤੇ ਫਿਰ ਸੰਗਤ ਦਾ ਦਰਸ਼ਨ ਹੋਊਗਾ ਅੰਦਰ। ਫਿਰ ਆਹ ਗੁਰੂ ਗ੍ਰੰਥ ਸਾਹਿਬ ਜੀ 'ਤੇ ਨਜ਼ਰ ਟਿਕਾਓ, ਚੰਗੀ ਤਰ੍ਹਾਂ ਨਜ਼ਰ ਟਿਕਾਓ, ਅਤੇ ਫਿਰ ਵੀ ਕਿਤੇ ਅੱਖਾਂ ਮੀਟ ਕੇ ਬਹੋਗੇ ਅਤੇ ਇਸ ਗੁਰੂ ਗ੍ਰੰਥ ਸਾਹਿਬ ਜੀ ਦੇ ਤਖਤ ਦਾ ਦਰਸ਼ਨ ਨਹੀਂ ਹੋਣਾ। ਕਿਉਂ? ਕਿਉਂਕਿ ਅਜੇ ਅਭਿਆਸ ਨਹੀਂ ਹੈਗਾ। ਜਦੋਂ ਅਭਿਆਸ ਹੋਏਗਾ, ਹੌਲੀ ਹੌਲੀ ਫੋਟੋ ਕਲੀਅਰ ਹੋਊਗੀ ਅੰਦਰੋਂ, ਅਤੇ ਇਸੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਦਰਸ਼ਨ ਹੋਏਗਾ। ਗਾਉਣ ਵਾਲਾ ਕੋਈ ਵੇਖ ਲਵੇ, ਕੋਈ ਨੱਚਣ ਵਾਲਿਆਂ ਨੂੰ ਵੇਖ ਲਵੇ, ਕੋਈ ਫਿਲਮ ਵੇਖ ਲਵੇ, ਅਤੇ ਉਹ ਅੱਖਾਂ ਬੰਦ ਕਰਕੇ ਪਏ ਅਤੇ ਉਹ ਮੂਰਤਾਂ ਜਿਹੜੀਆਂ ਉਹ ਅੱਗੇ ਅੱਗੇ ਦੌੜੀਆਂ ਫਿਰਦੀਆਂ, ਕਿਉਂਕਿ ਮਨ ਜੇ ਉੱਧਰ ਲੱਗਾ ਹੋਇਆ ਕਈ ਜਨਮਾਂ ਦਾ। ਅਤੇ ਗੁਰੂ ਦਾ ਦਰਸ਼ਨ ਕਰਕੇ ਵੀ ਜਾਓਗੇ ਅਤੇ ਅੱਖਾਂ ਮੀਟਿਆਂ ਤਾਂ ਗੁਰੂ ਦਾ ਦਰਸ਼ਨ ਨਹੀਂ ਹੋਊਗਾ। ਇਹਦੇ ਵਾਸਤੇ ਅਭਿਆਸ ਚਾਹੀਦਾ। ਗਰੀਬ ਨਿਵਾਸ ਜੀ ਕਹਿੰਦੇ ਨੇ ਜਿਹੜੇ ਜਿਹੜੇ ਲੋਕ ਇਸ ਖੋਜ ਵਿੱਚ ਲੱਗੇ ਹੋਏ ਨੇ, ਉਹ ਖੋਜ ਕਿੱਦਾਂ ਹੋਊਗੀ? ਗੁਰਮਤ ਨਗਰੀ ਖੋਜ ਖੁਜਾਈ, ਗੁਰਮਤ ਭਾਵ ਕੇ ਗੁਰੂ ਕੀ ਮਤ 'ਤੇ ਤੁਰ ਕੇ, ਜਿਹਨਾਂ ਦਾ ਜੀਵਨ ਰਹਿਤ ਵਾਲਾ ਹੋ ਜਾਏਗਾ, ਜਿਹੜੇ ਮਰਜ਼ਾਦਾ ਰੱਖਣਗੇ, ਗੁਰੂ ਕੇ ਬਚਨਾਂ ਨੂੰ ਪਾਲਣਗੇ, ਉਹਨਾਂ ਦੀ ਖੋਜ ਸਹੀ ਢੰਗ ਦੇ ਨਾਲ ਸ਼ੁਰੂ ਹੋ ਜਾਏਗੀ ਜੀ। ਹਰ ਹਰ ਨਾਮ ਪਦਾਰਥ ਪਾਈ, ਤੇ ਕੀ ਕਿਰਪਾ ਹੋਏਗੀ ਜਿਨ੍ਹਾਂ ਦਾ ਵਾਹਿਗੁਰੂ ਕਹਿਣ ਲੱਗਿਆ ਮੂੰਹ ਦੁੱਖ ਥੱਕਦਾ ਨਾ, ਥੱਕ ਜਾਂਦਾ ਵੀ ਨਹੀਂ ਛੱਡੋ, ਪਰ ਹੌਲੀ ਹੌਲੀ ਬੋਲਦੇ ਆ, ਜਿੱਦਣ ਖੋਜ ਸ਼ੁਰੂ ਹੋ ਗਈ ਗੁਰੂ ਕਿਰਪਾ ਕਰੇਗਾ, ਉਹਨਾਂ ਦੇ ਅੰਦਰੋਂ ਨਾਮ ਦੀ ਗੂੰਜ ਆਪਣੇ ਆਪ ਹੀ ਚੱਲੇਗੀ। ਉਹ ਤੇ ਸੁੱਤੇ ਹੋਏ ਨੇ ਤੇ ਵਾਹਿਗੁਰੂ ਵਾਹਿਗੁਰੂ ਕਹਿੰਦੇ ਸੌਂਦੇ ਆ, ਤੇ ਸਾਰੀ ਰਾਤ ਉਹਨਾਂ ਦਾ ਜਪ ਚੱਲਦਾ ਰਹਿੰਦਾ, ਤੇ ਜਦੋਂ ਸਵੇਰੇ ਅੱਖ ਖੁੱਲਦੀ ਆ ਤੇ ਉਹ ਜਪ ਫਿਰ ਚੱਲ ਰਿਹਾ ਹੁੰਦਾ। ਬਾਣੀ ਪੜ੍ਹਨ ਵਾਲਿਆਂ ਦੀ ਬਾਣੀ ਚੱਲਦੀ ਰਹਿੰਦੀ ਆ, ਇਹ ਕੋਈ ਹੰਕਾਰ ਵਾਲੀ ਗੱਲ ਨਹੀਂ। ਸ਼ਾਮਾਂ ਨੂੰ ਕੋਈ ਕਥਾ ਯਾਦ ਕਰਦੇ ਕਰਦੇ ਸੌਂ ਜਾਈਏ ਤੇ ਸਵੇਰੇ ਜਦੋਂ ਉੱਠੀਏ ਤੇ ਉਹ ਰਾਤ ਵੀ ਕਥਾ ਚੱਲਦੀ ਰਹਿੰਦੀ ਤੇ ਸਵੇਰੇ ਵੀ ਉਹੀ ਕਥਾ ਚੱਲਦੀ। ਇਹ ਕੋਈ ਆਪਣੀ ਵਡਿਆਈ ਨਹੀਂ ਕਰਦੇ, ਗੁਰੂ ਦੀ ਕਿਰਪਾ ਦੀ ਗੱਲ ਦੱਸ ਰਹੇ ਹਾਂ। ਜਿੱਧਰ ਨੂੰ ਬੰਦੇ ਦਾ ਮਨ ਲੱਗ ਜਾਊਗਾ ਬੰਦਾ ਉੱਧਰ ਨੂੰ ਹੋ ਜਾਊਗਾ। ਗਰੀਬ ਨਿਵਾਸ ਜੀ ਕਹਿੰਦੇ ਨੇ ਏਕਾ ਸੁਰਤ ਜੇਤੇ ਹੈ ਜੀ, ਸੁਰਤ ਵਿਹੂਣਾ ਕੋਈ ਨਾ ਕੀ। ਹਰ ਬੰਦੇ ਦੇ ਅੰਦਰ ਇੱਕੋ ਸੁਰਤ ਪਾਈ ਆ ਤੇ ਸੁਰਤ ਤੋਂ ਬਿਨਾਂ ਬੰਦਾ ਕੋਈ ਪੈਦਾ ਨਹੀਂ ਕੀਤਾ। ਹਰ ਬੰਦੇ ਦੇ ਸੁਰਤ, ਔਰ ਉਹ ਸੁਰਤ ਇੱਕ ਵਾ ਤੇ ਇੱਕੋ ਪਾਸੇ ਲੱਗੂਗੀ, ਜਾਂ ਦੁਨੀਆਂ ਵਾਲੇ ਪਾਸੇ ਲਾ ਲਓ ਤੇ ਜਾਂ ਗੁਰੂ ਵਾਲੇ ਪਾਸੇ ਲਾ ਲਓ। ਇਹ ਨਹੀਂ ਹੋਊਗਾ ਵੀ ਬੰਦਾ ਦੁਨੀਆਦਾਰ ਵੀ ਹੋਵੇ ਤੇ ਬੰਦਾ ਗੁਰਮੁਖ ਵੀ ਹੋਵੇ। ਮਹਾਰਾਜ ਕਹਿੰਦੇ ਨੇ ਜਿਨ੍ਹਾਂ ਨੇ ਗੁਰੂ ਚਰਨਾਂ ਦੀ ਖੋਜ ਕਰਨੀ ਆ, ਸ਼ੁਰੂ ਕੀਤੀ, ਇੱਕ ਦਿਨ ਅੰਦਰੇ ਪਿਆ ਨਾਮ ਦਾ ਖਜ਼ਾਨਾ ਪ੍ਰਾਪਤ ਹੋ ਗਿਆ ਜੀ। ਮਨ ਹਰ ਹਰ ਸ਼ਾਂਤ ਵਸਾਈ, ਅੰਦਰ ਜਿਹੜਾ ਨਾਮ ਚੱਲ ਪਿਆ ਨਾ, ਸੁੱਤਿਆਂ ਵੀ ਚੱਲ ਪਿਆ ਤੇ ਦਿਨੇ ਤੁਰਦਿਆਂ ਫਿਰਦਿਆਂ ਵੀ ਗੁਰੂ ਚੇਤੇ ਆ, ਇਸੇ ਨਾਮ ਨੇ ਕਿਰਪਾ ਕੀਤੀ ਤੇ ਅੰਦਰ ਠੰਡ ਪੈ ਗਈ ਹੈ, ਸ਼ਾਂਤੀ ਆ ਗਈ ਹੈ ਜੀ। ਕਿਸ ਨਾ ਅਗਨ ਬੁੱਝੀ ਖਿਨ ਅੰਤਰ, ਝਟਪਟ ਹੀ ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ ਤੇ ਬਲਦੇ ਹੋਏ ਭਾਂਬੜ ਠੰਡੇ ਹੋ ਗਏ। ਮਾਰੇ ਕਹਿੰਦੇ ਨੇ ਕਿ ਨਾਮ ਦੀ ਇਹ ਕਲਾ ਵਰਤਦੀ ਆ, ਤਪਤ ਕੜਾਹਾ ਬੁੱਝ ਗਿਆ, ਗੁਰ ਸੀਤਲ ਨਾਮ ਦਈਓ, ਤੇ ਫਿਰ ਕੀ ਹੋਇਆ, ਫਿਰ ਆਵਣ ਜਾਣ ਰਹੇ।
ਉਹ ਜਿਹੜੇ ਆਉਣ ਜਾਣ ਦੇ ਗੇੜੇ ਬਣਨੇ ਸੀ ਜਨਮ ਮਰਨ ਦੇ, ਉਹ ਗੇੜੇ ਹੁਣ ਮੁੱਕ ਗਏ ਨੇ, ਕਿਉਂਕਿ ਗੁਰੂ ਦਾ ਦਿੱਤਾ ਨਾਮ ਜਪਿਆ ਅਤੇ ਤਪਦੀਆਂ ਹੋਈਆਂ ਭੱਠੀਆਂ ਜਿਹੜੀਆਂ ਅੰਦਰ ਬਲਦੀਆਂ ਸੀ ਉਹ ਠੰਡੀਆਂ ਪੈ ਗਈਆਂ ਹਨ। ਗੁਰ ਮਿਲਿਆ ਸਭ ਭੁੱਖ ਗਵਾਈ। ਹੁਣ ਤੇ ਅੱਗੇ ਤੇ ਰੋਂਦਾ ਸੀ ਸਭ ਕੁਝ ਹੁੰਦਿਆਂ ਵੀ, ਅਤੇ ਹੁਣ ਜਿੰਨਾ ਕੁਝ ਮਿਲਿਆ ਹੋਇਆ ਉਹਦਾ ਸ਼ੁਕਰਾਨਾ ਹੀ ਕਰੀ ਜਾਂਦਾ, ਵਾਰ ਵਾਰ ਸ਼ੁਕਰਾਨਾ ਹੀ ਕਰੀ ਜਾਂਦਾ ਵੀ ਮਹਾਰਾਜ ਤੁਸੀਂ ਇੰਨਾ ਕੁਝ ਦੇ ਤਾ, ਤੁਸੀਂ ਇੰਨਾ, ਅਸੀਂ ਤਾਂ ਇੰਨੀ ਲਿਆਕਤ ਹੀ ਨਹੀਂ ਸੀ ਰੱਖਦੇ। ਵੇਖੋ ਕਿੱਡੀ ਕਮਾਲ ਦੀ ਗੱਲ ਆ, ਦੁਨੀਆਦਾਰਾਂ ਨੂੰ ਰੱਬ ਨੇ ਇੰਨਾ ਕੁਝ ਦਿੱਤਾ ਤਾਂ ਫਿਰ ਰੋਂਦੇ ਫਿਰਦੇ ਆ ਵੀ ਕੱਖ ਵੀ ਨਹੀਂ, ਕੱਖ ਵੀ ਨਹੀਂ, ਕੱਖ ਵੀ ਨਹੀਂ। ਅਤੇ ਇੱਕ ਗੁਰਮੁਖ ਸੜਕ 'ਤੇ ਕਿਤੇ ਦਿਹਾੜੀ ਲਾਉਂਦਾ ਹੋਵੇ, ਭਾਵੇਂ ਕਿਸੇ ਦੀ ਦਿਹਾੜੀ ਗਿਆ ਰੋੜੀ ਕੁੱਟਦਾ ਹੋਵੇ, ਉਹਦੇ ਅੰਦਰ ਜੇ ਗੁਰੂ ਸਾਹਿਬ ਨੇ ਕੋਈ ਕਿਣਕਾ ਰੱਖਿਆ ਹੋਇਆ ਤਾਂ ਉਹ ਰਾਜਿਆਂ ਦਾ ਰਾਜਾ ਹੈ। ਉਹਨੂੰ ਪੁੱਛੋ ਵੀ ਤੇਰਾ ਕੀ ਹਾਲ ਆ, ਉਹ ਕਹਿੰਦਾ ਚੜ੍ਹਦੀ ਕਲਾ। ਅਤੇ ਆ ਵੱਡੇ ਵੱਡੇ ਸੇਠ ਗੱਦੀਆਂ 'ਤੇ ਬੈਠੇ ਹੋਏ, ਇਹਨਾਂ ਨੂੰ ਪੁੱਛੋ ਕਾਰੋਬਾਰ ਕਿੱਦਾਂ ਦਾ, ਉਹ ਰੋਈ ਜਾਂਦੇ ਕਹਿੰਦੇ ਮਹਾਂ ਗੁਜ਼ਰ ਗੁਜ਼ਾਰਾ ਹੀ ਚੱਲ ਰਿਹਾ। ਇਹ ਆ ਨਾਮ ਦੀ ਕਲਾ, ਇਹ ਆ ਗੁਰੂ ਦੀ ਕਿਰਪਾ। ਜਿਨ੍ਹਾਂ ਜਿਨ੍ਹਾਂ 'ਤੇ ਕਿਰਪਾ ਵਰਸ ਜਾਂਦੀ ਆ ਉਹ ਥੋੜ੍ਹਾ ਲੈ ਕੇ ਵੀ ਰਾਜਿਆਂ ਵਰਗਾ ਜੀਵਨ ਬਤੀਤ ਕਰਦੇ ਆ, ਅੰਦਰੋਂ ਭੁੱਖਾਂ ਮਿਟ ਜਾਂਦੀਆਂ ਹਨ। ਰਹਾਓ ਹਰ ਗੁਣ ਗਾਵਾ ਜੀਵਾ ਮੇਰੀ ਮਾਈ। ਉਹ ਫਿਰ ਗੁਰਮੁਖ ਕਹਿੰਦਾ ਹੇ ਮੇਰੀ ਮਾਂ, ਹੁਣ ਤੇ ਨਾਮ ਜਪਣ ਦੇ ਵਿੱਚ ਹੀ ਜੀਵਨ ਜਾਪਦਾ ਵਾ, ਉਦਾਂ ਤੇ ਸੁੱਖ ਹੀ ਨਹੀਂ ਕੋਈ ਵੀ ਹੈਗਾ। ਜਿਉਂ ਜਿਉਂ ਮੈਂ ਜਪਣਾ ਤਿਉਂ ਤਿਉਂ ਮੇਰੇ ਅੰਦਰ ਸੁੱਖ ਬਣਦਾ ਜਾਂਦਾ ਹੈ। ਸਤਿਗੁਰ ਦਿਆਲ ਗੁਣ ਨਾਮ ਦਿਰੜਾਈ। ਇਹ ਸਤਿਗੁਰ ਨੇ ਦਇਆ ਕੀਤੀ ਆ, ਜਿਹੜਾ ਵੱਡਾ ਗੁਣ ਮੈਨੂੰ ਦਿੱਤਾ ਵੀ ਸਾਰਿਆਂ ਮਸਲਿਆਂ ਦਾ ਹੱਲ ਇੱਕੋ ਹੀ ਆ। ਤੇਰੇ ਮਸਲੇ ਜ਼ਿਆਦਾ ਹੋ ਸਕਦੇ ਆ ਪਰ ਹੱਲ ਇੱਕੋ ਹੀ ਆ ਕਿ ਸਰਬ ਰੋਗ ਕਾ ਔਖਦ ਨਾਮ। ਇਹ ਨਹੀਂ ਸਿਰ ਪੀੜ ਦੀ ਦਵਾਈ ਵੱਖਰੀ, ਗਲੇ ਦੀ ਵੱਖਰੀ, ਪੇਟ ਦੀ ਵੱਖਰੀ ਅਤੇ ਫਲਾਣੀ ਚੀਜ਼ਾਂ, ਨਹੀਂ ਨਹੀਂ। ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਇੱਕੋ ਡੱਬਾ ਰੱਖਿਆ ਹੋਇਆ ਅਤੇ ਇੱਕੋ ਦਵਾਈ ਪਾਈ ਹੋਈ ਆ। ਰੋਗੀ ਵੱਖਰੇ ਵੱਖਰੇ ਹੋ ਸਕਦੇ ਆ ਪਰ ਦਵਾਈ ਅਸੀਂ ਸਾਰਿਆਂ ਨੂੰ ਇੱਕੋ ਹੀ ਦਿੰਦੇ ਹਾਂ ਅਤੇ ਇੱਕੋ ਹੀ ਦਵਾਈ ਸਾਰੇ ਰੋਗਾਂ ਦਾ ਖੰਡਨ ਕਰ ਦਿੰਦੀ ਆ, ਖਤਮ ਕਰ ਦਿੰਦੀ। ਸਾਹਿਬ ਜੀ ਦੱਸਦੇ ਹਨ ਹਉ ਹਰ ਪ੍ਰਭ ਪਿਆਰਾ ਢੂੰਡ ਢੂੰਡਾਈ। ਹੁਣ ਮੈਂ ਇਸ ਖੋਜ ਵਿੱਚ ਲੱਗ ਗਿਆ ਵਾਂ ਕਿ ਜਿਹਦਾ ਨਾਮ ਲੈਣ ਦੇ ਨਾਲ ਹੀ ਇੰਨਾ ਸੁੱਖ ਵਾ ਅਤੇ ਜੇ ਕਿਤੇ ਉਹਦਾ ਦਰਸ਼ਨ ਹੋ ਜਾਵੇ ਤਾਂ ਫਿਰ ਕਿੱਡੀ ਕੁ ਕਰਾਮਾਤ ਵਰਤੇਗੀ। ਉਹ ਇੱਦਾਂ ਹੋਇਆ ਸੀ ਨਾ ਜਹਾਂਗੀਰ ਕੀ ਉਹ ਨਾਂ ਸੀ, ਜਹਾਂਗੀਰ ਦਾ ਇੱਕ ਵਜ਼ੀਰ ਸੀ, ਵਜ਼ੀਰ ਖਾਨ ਉਹਦਾ ਮੰਤਰੀ ਸੀ, ਉਹਦਾ ਨਾਂ ਵਜ਼ੀਰ ਖਾਨ ਸੀ। ਇੱਕ ਤਾਂ ਆ ਸੀ ਨਾ ਸਰਹੰਦ ਵਾਲਾ, ਇਹ ਵਜ਼ੀਰ ਖਾਨ ਨਹੀਂ, ਇਹਦਾ ਨਾਂ ਵਜੀਦ ਦੱਦੇ ਨਾਲ ਸੀ, ਵਜੀਦ ਖਾਨ। ਉਹ ਵਜ਼ੀਰ ਖਾਨ ਸੀ, ਜਹਾਂਗੀਰ ਦਾ ਇੱਕ ਮਨਿਸਟਰ ਸੀ। ਉਹਦੇ ਪੇਟ ਦੀ ਇਹ ਪ੍ਰੋਬਲਮ ਸੀ ਵੀ ਰਾਤ ਦਿਨ ਦਵਾਈਆਂ ਖਾਂਦਾ ਸੀ ਪਰ ਪੇਟ ਦੀ ਦਰਦ ਨਹੀਂ ਸੀ ਹਟਦੀ, ਅਤੇ ਛੁੱਟੀਆਂ ਲੈ ਕੇ ਅਤੇ ਘਰ ਆ ਗਿਆ ਸੀ, ਡਿਊਟੀ ਹੁੰਦੀ ਨਹੀਂ ਸੀ। ਵਿਹੜੇ ਵਿੱਚ ਘਰਦਿਆਂ ਨੇ ਮੰਜੀ ਡਾਹੀ ਅਤੇ ਹਾਏ 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 ਕਰੀ ਜਾਂਦਾ ਸੀ। ਅਤੇ ਇੱਕ ਗੁਰੂ ਕਾ ਸਿੱਖ ਅੰਮ੍ਰਿਤ ਵੇਲੇ ਆਪਣੇ ਘਰੋਂ ਨਿਕਲਿਆ, ਅਤੇ ਘਰੋਂ ਨਿਕਲਿਆ ਅਤੇ ਉਹਨੇ ਇਸ਼ਨਾਨ ਕਰਨ ਜਾਣਾ ਸੀ। ਲੋਕ ਜਿੱਦਾਂ ਬਾਹਰ ਖੂਹਾਂ ਤਲਾਬਾਂ 'ਤੇ ਇਸ਼ਨਾਨ ਕਰਨ ਜਾਂਦੇ ਸੀ ਗਰਮੀਆਂ ਦੇ ਦਿਨ, ਤੋਂ ਵਿਹੜੇ 'ਚ ਮੰਜੀ ਬਨੇਰੇ ਹਾਏ ਹਾਏ ਕਰੇ। ਜਦੋਂ ਗੁਰੂ ਕਾ ਸਿੱਖ ਉਹਦੇ ਬੂਹੇ ਅੱਗੋਂ ਦੀ ਬਾਣੀ ਪੜ੍ਹਦਾ ਪੜ੍ਹਦਾ ਲੰਘਿਆ, ਉਹਨੂੰ ਸੁੱਖ ਬਣ ਗਿਆ ਅਤੇ ਉਹ ਲੰਘ ਗਿਆ ਅਤੇ ਪੀੜ ਫਿਰ ਹੋਣ ਲੱਗ ਪਈ। ਉਹ ਫਿਰ ਵਾਪਸ ਆਇਆ ਬਾਣੀ ਪੜ੍ਹਦਾ ਪੜ੍ਹਦਾ, ਬੂਹੇ ਅੱਗੋਂ ਦੀ ਲੰਘਿਆ ਅਤੇ ਪੀੜ ਫਿਰ ਹਟ ਗਈ ਅਤੇ ਉਹ ਗਾਂਹ 'ਚ ਲੱਗਿਆ। ਜਦੋਂ ਆਵਾਜ਼ ਸੁਣਨੋਂ ਹਟ ਗਈ ਅਤੇ ਪੀੜ ਫਿਰ ਹੋਣ ਲੱਗ ਪਈ। ਉਹਨੇ ਫਿਰ ਆਪਣੇ ਘਰਦਿਆਂ ਨੂੰ ਆਖਿਆ ਵੀ ਉਹ ਵੇਖਿਓ ਜਰਾ ਕਿ ਕੌਣ ਲੰਘਿਆ। ਉਹਨਾਂ ਵੇਖਿਆ ਕਿ ਇਹ ਗੁਰੂ ਅਰਜਨ ਦੇਵ ਜੀ ਦਾ ਸਿੱਖ ਆ। ਉਹਨੇ ਕਿਹਾ ਉਹਨੂੰ ਲਿਆਓ। ਜਦੋਂ ਲਿਆਇਆ ਵਜ਼ੀਰ ਖਾਂ ਹੱਥ ਜੋੜ ਕੇ ਕਹਿੰਦਾ ਭਾਈ ਸਿੱਖਾ ਤੂੰ ਕੀ ਬੋਲਿਆ ਸੀ, ਤੇਰੇ ਬੋਲਣ ਦੇ ਨਾਲ ਜਦੋਂ ਤੂੰ ਸਾਡੇ ਬੂਹੇ ਅੱਗੋਂ ਦੀ ਲੰਘ ਨਾ ਉਦੋਂ ਮੈਂ ਠੀਕ ਹੋ ਜਾਣਾ, ਜਦੋਂ ਗਾਂਹ ਲੰਘ ਜਾਣਾ ਮੈਂ ਫਿਰ ਔਖਾ ਹੋ ਜਾਣਾ।
ਕੀ ਬੋਲਿਆ ਸੀ? ਉਹ ਕਹਿੰਦਾ ਮੈਂ ਤਾਂ ਸੁਖਮਨੀ ਸਾਹਿਬ ਦਾ ਪਾਠ ਕਰਦਾ ਸਾਂ। ਤਾਂ ਉਹ ਕਹਿੰਦਾ ਸੁਖਮਨੀ ਕੀ ਆ? ਉਹਨੇ ਕਿਹਾ ਮੇਰੇ ਗੁਰੂ ਕੀ ਬਾਣੀ, ਹਰ ਹਰ ਬਾਣੀ ਜਿਹੜੀ ਆ ਰੱਬ ਦੀ ਉਚਾਰਨ ਕੀਤੀ ਅੰਮ੍ਰਿਤ ਦੀ ਭਰੀ ਹੋਈ। ਉਹ ਕਹਿੰਦਾ ਮੈਨੂੰ ਬਹਿ ਕੇ ਸੁਣਾ ਸਕਦਾ? ਥੋੜ੍ਹੀ ਜਿਹੀ ਸੁਣੀ ਆ ਦੱਸੋ। ਕਹਿੰਦਾ ਸੁਣਾ ਸਕਦਾ। ਪਰਉਪਕਾਰੀ ਗੁਰੂ ਕਾ ਸਿੱਖ ਉੱਥੇ ਚੌਂਕੜਾ ਮਾਰ ਕੇ ਲਾਗੇ ਮੰਜੇ 'ਤੇ ਬਹਿ ਗਿਆ। ਉਹਨੇ ਸੁਖਮਨੀ ਸਾਹਿਬ ਸ਼ੁਰੂ ਕਰਤਾ ਅਤੇ ਵਜ਼ੀਰ ਖਾਨ ਠੀਕ ਹੋ ਗਿਆ। ਜਦੋਂ ਸੁਖਮਨੀ ਸਾਹਿਬ ਕਰਕੇ ਘਰ ਗਿਆ ਤਾਂ ਬਿਮਾਰ ਹੋ ਗਿਆ। ਫਿਰ ਉਹਨੇ ਤੱਤ ਕੱਢਿਆ ਜਿਸ ਗੁਰੂ ਦੇ ਮੂੰਹ 'ਚੋਂ ਇੰਨੀ ਸੁਖਦਾਇਕ ਬਾਣੀ ਨਿਕਲੀ ਆ, ਅਤੇ ਜੇ ਉਸ ਗੁਰੂ ਦਾ ਦਰਸ਼ਨ ਕਰੀਏ ਤਾਂ ਇੱਕ ਰੋਗ ਕਿਉਂ ਮੇਰੇ ਸਾਰੇ ਠੀਕ ਹੋ ਜਾਣਗੇ? ਉਹਨੇ ਫਿਰ ਉਸ ਸਿੱਖ ਨੂੰ ਸੁਨੇਹਾ ਭੇਜਿਆ, ਆ ਘਰ। ਉਹ ਘਰ ਆਇਆ, ਹੱਥ ਜੋੜ ਕੇ ਕਹਿੰਦਾ ਰਾਥ ਕਹੇ ਤਾਂ ਰਾਥ ਜੋੜ ਲੈਂਦੇ ਹਾਂ, ਘੋੜਿਆਂ 'ਤੇ ਜਾਣਾ ਅਤੇ ਘੋੜਿਆਂ 'ਤੇ ਚੱਲ ਜਾਂਦੇ ਹਾਂ, ਕਿਰਪਾ ਕਰਕੇ ਮੈਨੂੰ ਉਸ ਗੁਰੂ ਕੋਲ ਲੈ ਕੇ ਜਾ ਜਿੰਨੇ ਬਾਣੀ ਉਚਾਰੀ ਆ। ਫਿਰ ਉਹ ਵਜ਼ੀਰ ਖਾਨ ਨੂੰ ਗੁਰੂ ਅਰਜਨ ਦੇਵ ਜੀ ਦੇ ਕੋਲ ਲੈ ਕੇ ਗਏ ਸੀ, ਅਤੇ ਉਸ ਵੇਲੇ ਦਰਬਾਰ ਸਾਹਿਬ ਪਰਕਰਮਾ ਦੀ ਸੇਵਾ ਚੱਲ ਰਹੀ ਸੀ। ਪਰਕਰਮਾ 'ਚ ਜਾ ਕੇ ਉਸ ਦਿੱਲੀ ਦੇ ਮਿਨਿਸਟਰ ਨੂੰ ਲੰਮਿਆਂ ਪਾ ਦਿੱਤਾ, ਗੁਰੂ ਅਰਜਨ ਦੇਵ ਜੀ ਥੜੇ 'ਤੇ ਬਿਰਾਜਮਾਨ। ਅਤੇ ਸਿੱਖ ਨੇ ਆਖਿਆ ਮਹਾਰਾਜ ਜੀ ਆਹ ਗੱਲ ਹੋਈ ਆ, ਬਾਣੀ ਨਾਲ ਸੁੱਖ ਮਿਲਦਾ ਇਹਨੂੰ, ਅਤੇ ਇਹਦੇ 'ਤੇ ਹੁਣ ਕਿਰਪਾ ਕਰ ਛੱਡੋ। ਅਤੇ ਮਹਾਰਾਜ ਕਹਿੰਦੇ ਨੇ ਕਿਰਪਾ ਕਰਾਉਣੀ ਤਾਂ ਗੁਰੂ ਕਾ ਗ੍ਰੰਥੀ ਆ ਰਿਹਾ, ਉਹਨੂੰ ਕਹੋ। ਬਾਬਾ ਬੁੱਢਾ ਸਾਹਿਬ ਜੀ ਵੱਡੇ ਮਹਾਂਪੁਰਖ, ਸਿਰ 'ਤੇ ਟੋਕਰੀ ਚੁੱਕੀ ਹੋਈ ਸੀ ਕਾਰ ਸੇਵਾ ਵਾਲੀ, ਅਤੇ ਵਿੱਚ ਕਾਰ ਸੀ। ਅਤੇ ਮਹਾਰਾਜ ਕਹਿੰਦੇ ਬਾਬਾ ਜੀ ਇਹਦਾ ਤਾਂ ਪੇਟ ਭਰਿਆ ਪਿਆ ਪਾਣੀ ਨਾਲ, ਜਲੋਧਰ ਦਾ ਨੁਕਸ ਵਾ ਇਹਨੂੰ, ਅਤੇ ਇਹਤੇ ਕਿਰਪਾ ਕਰ ਦਿਉ। ਬਾਬਾ ਜੀ ਨੇ ਭਰੀ ਟੋਕਰੀ ਕਾਰ ਦੀ, ਉਹਦੇ ਪੇਟ 'ਤੇ ਮਾਰੀ, ਉਹਦਾ ਸਾਰਾ ਪਾਣੀ ਨਿਕਲ ਗਿਆ, ਉਹ ਰਾਜੀ ਹੋ ਗਿਆ। ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਪਿਛਲੇ ਕੀਤੇ ਕਰਮ ਤੇਰੇ ਖਤਮ, ਕਿਉਂਕਿ ਤੂੰ ਗੁਰੂ ਕੀ ਸੰਗਤ ਵਿੱਚ ਆਉਣ ਪਿਆ। ਪਿਛਲੇ ਕੀਤੇ ਖਤਮ, ਜੇ ਅੱਗੇ ਰਾਜੀ ਰਹਿਣਾ ਹੀ ਤੇ ਬਾਣੀ ਪੜਿਆ ਕਰ, ਜਿਹੜੀ ਸੁਖਮਨੀ ਸੁਣ ਕੇ ਤੈਨੂੰ ਸੁੱਖ ਮਿਲਿਆ ਨਾ, ਉਹ ਸੁਖਮਨੀ ਸਾਹਿਬ ਦਾ ਇੱਕ ਪਾਠ ਘੱਟੋ ਘੱਟ ਰੋਜ਼ ਕਰਿਆ ਕਰ। ਉਹ ਕਹਿੰਦਾ ਜੀ ਮੈਨੂੰ ਕਿਹਦੇ ਕੋਲ ਸਿੱਖਾਂ? ਮਹਾਰਾਜ ਕਹਿੰਦੇ ਆ ਜਿਹਨੂੰ ਪਿੰਡੋਂ ਲੈ ਕੇ ਆਏ ਇਹਦੇ ਕੋਲੋਂ ਸਿੱਖ ਲਾ। ਫਿਰ ਉਸ ਸਿੱਖ ਕੋਲੋਂ ਸੁਖਮਨੀ ਸਾਹਿਬ ਸਿੱਖਿਆ, ਫਿਰ ਜਪਜੀ ਸਾਹਿਬ ਸਿੱਖਿਆ, ਰਿਹਾ ਉਹ ਮੁਸਲਮਾਨ। ਜਿੰਨੀਆਂ ਵੀ ਵਿਰੋਧਤਾ ਹੁੰਦੀਆਂ ਸੀ ਨਾ ਰਾਜ ਦਰਬਾਰ ਦੇ ਵਿੱਚ, ਉਹ ਗੁਰੂ ਘਰ ਸੁਨਾਹ ਘਲਾਉਂਦਾ ਸੀ ਵੀ ਤੁਹਾਡੇ ਵਿਰੁੱਧ ਫਲਾਣਾ ਆਇਆ ਜੇ, ਫਲਾਣਾ ਆਇਆ ਜੇ। ਜਹਾਂਗੀਰ ਨੂੰ, ਜਹਾਂਗੀਰ ਦੇ ਪਿਓ ਸ਼ਾਹਜਹਾਨ ਨੂੰ ਉਹ ਵਜ਼ੀਰ ਖਾਂ ਹਰ ਵਾਰੀ ਇਹੋ ਸਮਝਾਉਂਦਾ ਹੁੰਦਾ ਸੀ, ਵੇਖੀ ਕਿਤੇ ਗੁਰੂ ਅਰਜਨ ਦੇਵ ਜੀ ਦੇ ਘਰ ਨਾਲ ਪੰਗਾ ਨਾ ਲੈ ਲਿਓ, ਤੁਹਾਡਾ ਬਹੁਤ ਮਾੜਾ ਹਾਲ ਹੋਣਾ ਜੇ। ਮੇਰੇ ਕਹਿਣ ਦਾ ਭਾਵ ਕਿ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਹਉ ਹਰ ਪ੍ਰਭ ਪਿਆਰਾ ਢੂੰਡ ਢੁੰਡਾਈ, ਜਿਹਦੇ ਨਾਮ ਨਾਲ ਸੁੱਖ ਬਣਿਆ ਹੁਣ ਮੇਰੇ ਮਨ ਦੀ ਇੱਛਾ ਵਾ ਵੀ ਉਹਦਾ ਦਰਸ਼ਨ ਵੀ ਕਰਨਾ ਚਾਹੀਦਾ, ਉਹ ਕਿੱਡਾ ਕੁ ਕਮਾਲ ਦਾ ਹੋਊਗਾ। ਸੁਖਮਨੀ ਸਾਹਿਬ ਦਾ ਪਾਠ ਸੁਣਿਆ ਅਤੇ ਵਜ਼ੀਰ ਖਾਂ ਕਹਿੰਦਾ ਜਿਹਨੇ ਸੁਖਮਨੀ ਉਚਾਰੀ ਆ ਉਹ ਕਿੱਡਾ ਕੁ ਵੱਡਾ ਹੋਊਗਾ, ਹੁਣ ਉਹਦਾ ਹੀ ਦਰਸ਼ਨ ਕਰੀਏ। ਉਹਦਾ ਦਰਸ਼ਨ ਕੀਤਾ ਅਤੇ ਵਜ਼ੀਰ ਖਾਂ ਸਿੱਖ ਇਤਿਹਾਸ ਦੇ ਵਿੱਚ ਅਮਰ ਹੋ ਗਿਆ। ਉਹਦਾ ਅਦਬ ਅਤੇ ਸਤਿਕਾਰ ਨਾਲ ਅਸੀਂ ਨਾਂ ਲੈਂਦੇ। ਉਹਨੇ ਬੜੀ ਸੇਵਾ ਕੀਤੀ ਗੁਰੂ ਘਰ ਦੀ। ਮਹਾਰਾਜ ਕਹਿੰਦੇ ਨੇ ਨਾਮ ਦੀਆਂ ਕਲਾ ਨੇ, ਜਿਹਨੂੰ ਜਿਹਨੂੰ ਸੁੱਖ ਮਿਲਦਾ ਉਹ ਸੁੱਖਾਂ ਦੇ ਦਾਤੇ ਨੂੰ ਲੱਭਣ ਤੁਰ ਪੈਂਦਾ ਹੈ ਜੀ। ਸਤ ਸੰਗਤ ਮਿਲ ਹਰ ਰਸ ਪਾਈ, ਫਿਰ ਗੁਰੂ ਘਰੋਂ ਆਵਾਜ਼ ਆਉਂਦੀ ਆ ਵੀ ਕਿਤੇ ਬਾਹਰ ਨਾ ਲੱਭਣ ਚੱਲ ਜਿਓ। ਇਹ ਪਰਮਾਤਮਾ ਇੱਕ ਰਸ ਹੈ, ਇੱਕ ਆਨੰਦ ਹੈ, ਤੇ ਇਹ ਰਸ ਤੇ ਆਨੰਦ ਸਾਧ ਸੰਗਤ ਵਿੱਚ ਬੈਠਿਆਂ ਮਿਲਦਾ ਵਾ। ਜਿੱਦਣ ਪੂਰਨ ਤੌਰ ਤੇ ਰਸ ਨਾਲ ਭਰ ਜਾਓਗੇ ਉਦਣ ਪ੍ਰਤੱਖ ਦਰਸ਼ਨ ਵੀ ਹੋ ਜਾਣਗੇ। ਧੁਰ ਮਸਤਕ ਲੇਖ ਲਿਖੇ ਹਰ ਪਾਈ, ਪਰ ਗੁਰੂ ਰਾਮਦਾਸ ਜੀ ਮਹਾਰਾਜ ਕਹਿੰਦੇ ਨੇ ਆਪੋ ਆਪਣਾ ਕਰਮ ਬਣਾਓ, ਜ਼ਰੂਰ ਸੰਗਤ ਵਿੱਚ ਆਓ, ਕਿਉਂਕਿ ਆਹ ਜਿਹੜੇ ਚੌਂਕੜੀਆਂ ਮਾਰ ਕੇ ਬੈਠੇ ਹੋਏ ਨੇ ਇਹਨਾਂ ਤੋਂ ਸਦਕੇ ਜਾਂਦਿਆਂ ਗੁਰੂ ਰਾਮਦਾਸ ਜੀ ਕਹਿੰਦੇ ਨੇ ਇਹ ਐਵੇਂ ਨਹੀਂ ਆਏ, ਇਹਨਾਂ ਦੇ ਪਿਛਲੇ ਜਨਮ ਦੇ ਕਰਮ ਬੜੇ ਚੰਗੇ ਸੀ ਅਤੇ ਇਹਨਾਂ ਦੇ ਜਨਮ ਹੋਣ ਤੋਂ ਪਹਿਲੋਂ
ਪਰਮਾਤਮਾ ਨੇ ਇਹਨਾਂ ਦੇ ਮੱਥੇ 'ਤੇ ਲੇਖ ਲਿਖ ਦਿੱਤੇ ਵੀ ਇਹ ਲੋਕ ਆਪਣੀ ਕਿਰਤ ਵੀ ਕਰਨਗੇ ਅਤੇ ਸੰਗਤ ਵਿੱਚ ਵੀ ਜਾਣਗੇ, ਕਿਉਂਕਿ ਇਹਨਾਂ ਨੂੰ ਛੇਤੀ ਬਖਸ਼ ਲੈਣਾ ਹੈ। ਜਿਨ੍ਹਾਂ ਨੂੰ ਅਜੇ ਛੇਤੀ ਨਹੀਂ ਬਖਸ਼ਣਾ, ਜਿਨ੍ਹਾਂ ਦੇ ਕਰਮ ਚੰਗੇ ਨਹੀਂ, ਉਹਨਾਂ ਨੂੰ ਸਤ ਸੰਗਤ ਚੰਗੀ ਨਹੀਂ ਲੱਗਦੀ, ਜੋ ਬਾਣੀ ਕਹਿ ਰਹੀ ਹੈ। ਗੁਰੂ ਰਾਮਦਾਸ ਜੀ ਕਹਿੰਦੇ ਨੇ ਇੱਕ ਤਾਂ ਐਵੇਂ ਆ ਗਏ ਨੇ, ਇਹ ਕਿਉਂ ਆਏ ਨੇ, ਧੁਰ ਮਸਤਕ ਲੇਖ ਲਿਖੇ ਹਰ ਪਾਈ। ਇਹਨਾਂ ਦੇ ਪਿਛਲੇ ਜਨਮਾਂ ਦੇ ਕਰਮ ਵੇਖ ਕੇ ਤੇ ਮਹਾਰਾਜ ਨੇ ਇਹਨਾਂ ਦਾ ਲੇਖ ਲਿਖ ਦਿੱਤਾ ਸੀ ਵੀ ਕੰਮ ਤੇ ਸਾਰੇ ਹੀ ਕਰਦੇ ਆ, ਇਹ ਵੀ ਕਿਰਤ ਕਰਨਗੇ ਪਰ ਇਹ ਸੰਗਤ ਵਿੱਚ ਜਾਣਗੇ। ਹਰ ਪਾਈ ਦਾ ਮਤਲਬ ਇਹਨਾਂ ਦਾ ਲੇਖ ਲਿਖ ਦਿੱਤਾ ਸੀ ਵੀ ਇਹਨਾਂ ਨੂੰ ਨਾਮ ਦੀ ਦਾਤ ਪ੍ਰਾਪਤ ਹੋ ਜਾਏਗੀ ਟਾਈਮ ਨਾਲ ਹੀ। ਕਈਆਂ ਦੀਆਂ ਦਾੜੀਆਂ ਚਿੱਟੀਆਂ ਹੋ ਗਈਆਂ ਤਾਂ ਜਿਹਨੇ ਗੁਰੇ ਤੁਰੇ ਫਿਰਦੇ ਆ, ਕਈਆਂ ਨੇ ਇੰਨਾ ਕੁਝ ਖਾ ਲਿਆ ਤਾਂ ਜੇ ਉਹਨਾਂ ਦੇ ਮੂੰਹ ਨਹੀਂ ਰੱਜੇ ਵੀ ਅਜੇ ਹੋਰ ਖਾਣਾ, ਅਜੇ ਹੋਰ ਖਾਣਾ। ਤੇ ਇਹ ਤੇ ਕਈਆਂ ਨੇ ਇੰਨਾ ਫੈਸ਼ਨ ਕਰ ਲਿਆ, ਉਮਰਾਂ ਹੰਢਾ ਲਈਆਂ, ਅਜੇ ਵੀ ਨਹੀਂ ਹਟੇ ਫੈਸ਼ਨ ਕਰਨ ਤੇ ਮਰਜ਼ਾਦਾ ਵਿੱਚ ਨਹੀਂ ਆਏ। ਮੈਂ ਇੱਕ ਦਿਨ ਆ ਬੇਬੇ ਨਾਨਕ ਦੀ ਸਕੂਲ ਆ ਕੇ ਭੀੜ ਹੋ ਜਾਂਦੀ ਹੈ ਨਾ ਉੱਥੇ, ਇੱਕ ਮਾਈ ਨੂੰ ਮੇਰੇ ਖਿਆਲ 'ਚ ਕਿਸੇ ਨੇ ਦੋ ਜਾਣਿਆਂ ਨੇ ਫੜ ਕੇ ਰਿਕਸ਼ੇ 'ਤੇ ਬਿਠਾਇਆ ਹੋਣਾ, ਉਹਨੇ ਐਂ ਭਰਵੱਟੇ ਖਿੱਚੇ, ਐਦਾਂ ਉਹਨੇ ਮੇਕਅਪ ਕੀਤਾ ਵੀ ਜਿੱਦਾਂ ਕਿਤੇ ਸਕੂਲੇ ਐਡਮਿਸ਼ਨ ਲੈਣ ਚੱਲੀ ਹੈ। ਮੈਂ ਕਿਹਾ ਵੀ ਤੂੰ ਹੁਣ ਕੀ ਲੱਭਦੀ ਫਿਰਦੀ ਹੈ, ਅਜੇ ਵੀ ਨਹੀਂ ਪਤਾ ਵੀ ਸੰਗਤ ਵਿੱਚ ਜਾਣਾ ਵਾ ਅਤੇ ਗੁਰੂ ਵਾਲੇ ਬਣਨਾ ਅਤੇ ਹੁਣ ਬਾਣੇ ਨਾਲ ਪਿਆਰ ਕਰਨਾ, ਹੁਣ ਤੈਨੂੰ ਇਹ ਉਮਰੇ ਵੀ ਅਜੇ ਬਿਊਟੀ ਪਾਰਲਰ ਸੋਝਦੀ ਫਿਰਦੀ ਹੈ, ਕਿਉਂਕਿ ਉਹ ਕਰਮ ਮਾੜੇ ਆ। ਉਹ ਜਿਹੜਾ ਦਾਨ ਪੁੰਨ ਸੀ ਨਾ, ਉਹ ਦਾਨ ਪੁੰਨ ਦੇ ਸਦਕੇ ਮਨੁੱਖਾ ਦੇਹ ਮਿਲ ਗਈ ਅਤੇ ਮਹਾਰਾਜ ਨੇ ਕਹਿੰਦੇ ਨੇ ਉਹ ਬਹਿ ਕੇ ਖਾ ਲਓ ਜਿਹੜਾ ਤੁਹਾਨੂੰ ਮਿਲਿਆ, ਅਤੇ ਹੁਣ ਕੀ ਹੋਊਗਾ, ਹੁਣ ਵੱਤੇ ਹਰ ਨਾਮ ਨਾ ਬੀਜਿਓ, ਅੱਗੇ ਭੁੱਖਾ ਕਿਆ ਖਾਏ। ਜਿਨ੍ਹਾਂ ਹੁਣ ਨਾਮ ਦੀ ਖੇਤੀ ਨਹੀਂ ਨਾ ਬੀਜੀ, ਅਗਾਂਹ ਖਾਣ ਵਾਸਤੇ ਉਹਨਾਂ ਦੇ ਕੱਖ ਵੀ ਨਹੀਂ ਹੋਊਗਾ। ਹੁਣ ਲਓ ਮੌਜਾਂ ਅਤੇ ਮੁੜ ਕੇ ਬਾਟਾ ਫੜ ਕੇ ਮੰਗਣ ਲੱਗ ਪਿਓ। ਮੁੜ ਕੇ ਫਿਰ ਮਹਾਰਾਜ ਜੀ ਲਿਖਦੇ ਹੀ ਆ ਬਾਣੀ ਦੇ ਵਿੱਚ ਵੀ ਉਹਦਾ ਹੁਕਮ ਇੱਦਾਂ ਦਾ ਵਾ ਵੀ ਕਈਆਂ ਦੇ ਘਰਾਂ ਵਿੱਚ ਪਦਾਰਥ ਇੰਨੇ ਆ ਵੀ ਪਤਾ ਨਹੀਂ ਲੱਗਦਾ ਵੀ ਕੀ ਖਾਈਏ, ਅਤੇ ਕਈਆਂ ਨੂੰ ਰੂੜੀਆਂ ਤੋਂ ਚੁਣ ਚੁਣ ਕੇ ਖਾਣ ਵਾਸਤੇ ਲਾਇਆ ਹੋਇਆ ਵੀ ਤੁਸੀਂ ਇੱਥੋਂ ਹੀ ਖਾਓ, ਕਿਉਂਕਿ ਤੁਸੀਂ ਕੰਮ ਕੋਈ ਨਹੀਂ ਚੱਜ ਦਾ ਕੀਤਾ। ਅਤੇ ਸਮਾਂ ਬਦਲਦਿਆਂ ਚਿਰ ਨਹੀਂ ਲੱਗਦਾ। ਹੁਕਮੀ ਹੋਵਨ ਆਕਾਰ, ਹੁਕਮ ਨਾ ਕਹਿਆ ਜਾਈ, ਹੁਕਮੀ ਉੱਤਮ ਨੀਚ, ਹੁਕਮ ਲਿਖ ਦੁੱਖ ਸੁੱਖ ਪਾਈਐ। ਮਾਰੇ ਕਹਿੰਦੇ ਨੇ ਇਹ ਉਹਦਾ ਹੁਕਮ ਹੀ ਆ। ਕਈਆਂ ਨੂੰ ਬੜਾ ਨੀਚਾਂ ਵਾਲਾ ਜਨਮ ਦੇ ਦਿੰਦਾ ਅਤੇ ਕਈਆਂ ਨੂੰ ਉਸ ਇਲਾਕੇ ਦੇ ਆਗੂ ਬਣਾ ਦਿੰਦਾ ਅਤੇ ਲੋਕ ਉਹਨਾਂ ਦੇ ਮਗਰ ਮਗਰ ਤੁਰਦੇ ਹੁੰਦੇ ਤਾਂ ਉਹ ਬੰਦੇ ਹੀ ਨੇ ਨਾ। ਸਾਹਿਬ ਗਰੀਬਨਵਾਸ ਜੀ ਕਹਿੰਦੇ ਨੇ ਸਦਕੇ ਉਹਨਾਂ ਤੋਂ ਜਾਂਦੇ ਆ ਵੀ ਜਿਹੜੇ ਚੌਂਕੜੇ ਮਾਰ ਕੇ ਬੈਠੇ ਹੋਏ ਨੇ, ਅਤੇ ਇਹ ਐਵੇਂ ਨਹੀਂ ਆਏ। ਮਾਰੇ ਕਹਿੰਦੇ ਇਹਨਾਂ ਦੇ ਕਰਮ ਬੜੇ ਚੰਗੇ ਸੀ, ਰੱਬ ਨੇ ਇਹਨਾਂ ਦੇ ਭਾਗਾਂ ਵਿੱਚ ਲਿਖਿਆ ਹੋਇਆ ਹੈ ਜੀ। ਗੁਰੂ ਨਾਨਕ ਤੁਠਾ ਮਿਲੇ ਹਰ ਭਾਈ। ਗੁਰੂ ਰਾਮਦਾਸ ਜੀ ਕਹਿੰਦੇ ਨੇ ਭਾਈ ਗੁਰਸਿੱਖੋ, ਤੁਹਾਡੇ ਉੱਤੇ ਗੁਰੂ ਮਿਹਰਬਾਨ ਹੋਇਆ ਵਾ, ਗੁਰੂ ਤੋਂ ਸਦਕੇ ਜਾਓ, ਪਰਮਾਤਮਾ ਤੁਹਾਡੇ 'ਤੇ ਮਿਹਰਬਾਨ ਹੋਇਆ ਜਿਹੜਾ ਤੁਹਾਨੂੰ ਅੰਮ੍ਰਿਤ ਵੇਲੇ ਇਸ਼ਨਾਨ ਕਰਵਾ ਲੈਂਦਾ, ਬਾਣੀ ਸੁਣਾਉਂਦਾ, ਸੰਗਤ ਵਿੱਚ ਬਹਿਣ ਜੋਗੇ ਕਰਦਾ ਹੈ। ਇਸ ਗੁਰੂ ਤੋਂ ਸਦਕੇ ਜਾਂਦਿਆਂ ਹੋਇਆਂ ਆਖੋ ਬਈ ਐਸੇ ਗੁਰ ਕਉ ਬਲ ਬਲ ਜਾਈਐ, ਐਸੇ ਗੁਰ ਕਉ ਬਲ ਬਲ ਜਾਈਐ। ਆਪ ਮੁਕਤ ਮੋਹਿ ਤਾਰੇ, ਆਪ ਮੁਕਤ ਮੋਹਿ ਤਾਰੇ, ਆਪ ਮੁਕਤ ਮੋਹਿ ਤਾਰੇ, ਆਪ ਮੁਕਤ ਮੋਹਿ ਤਾਰੇ। ਸਤਿਗੁਰ ਜੀ ਮਿਹਰ ਕਰਨ, ਸਭ ਦੀ ਹਾਜ਼ਰੀ ਪ੍ਰਵਾਨ ਹੋਵੇ, ਫੁੱਲਾਂ ਚੁੱਕਾਂ ਦੀ ਖਿਮਾ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ।
ਅਧੁਨੀ ਸਹਿ ਭੰਗ ਗੁਰ ਪ੍ਰਸਾਦ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਧੁਨੀ ਸਹਿ ਭੰਗ ਗੁਰ ਪ੍ਰਸਾਦ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਧੁਨੀ ਸਹਿ ਭੰਗ ਗੁਰ ਪ੍ਰਸਾਦ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਧੁਨੀ ਸਹਿ ਭੰਗ ਗੁਰ ਪ੍ਰਸਾਦ ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ 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 ਜੀ ਵਾਹਿਗੁਰੂ 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 ਜੀ ਜਪੋ ਸੰਤ ਜਨਾ ਮਿਲ ਹਰ ਜਸ ਗਾਇਓ ਕੋਟ ਜਨਮ ਕੇ ਦੁੱਖ ਗਵਾਇਓ ਜੋ ਚਾਹਤ ਸੋਈ ਮਨ ਪਾਇਓ ਕਰ ਕਿਰਪਾ ਹਰ ਨਾਮ ਦਿਵਾਇਓ ਸਰਬ ਸੁਖ ਹਰ ਨਾਮ ਵਡਾਈ ਗੁਰ ਪ੍ਰਸਾਦ ਨਾਨਕ ਮਤ ਪਾਈ ਨਾਨਕ ਮਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।